ਹੋਈਓ ਸੋਹਣਾ ਜਿੰਨਾ ਵੇਖਿਆ ਉਹ ਕਹਿੰਦੇ ਨੇ ਤੂੰ ਮੇਰਾ ਮਹਬੂਬ ਨਿਮੀ ਸੋਹਣਾ ਮਾਹੀ ਸਾਨੂੰ ਕਿਧਰੇ ਨਜ਼ਰ ਨਾ ਆਇਆ ਹੋਵੇ ਕੋਈ ਉਹ ਸੋਹਣਾ ਉਹ ਵੀ ਲਓ ਜੀ ਕਹਿੰਦੇ ਨੇ ਸਾਖੀ ਸੁਲਤਾਨ ਨੇ ਬਾਪੂ ਨੂੰ ਵੀ ਪੇਸ਼ ਕਰਿਆ ਜੀ ਉਹ ਵੀ ਮੈਂ ਲਿਆਉਣਾ ਇਨਸ਼ਾਅੱਲਾ ਮੇਰੀ ਮਿਲਤ ਦੇ ਨੌਜਵਾਨ ਨੂੰ ਕੋਈ ਉਹ ਸੋਹਣਾ ਇੱਕ ਦਿਨ ਅੰਮਾ ਖਦੀਜਾ ਬੜੀਆਂ ਪਰੇਸ਼ਾਨ ਬੈਠੀਆਂ ਤੇ ਹਜ਼ਰਤ ਸਫੀਆ ਨੇ ਵੇਖ ਲਿਆ ਕਰੀ ਬੈਠ ਕੇ ਫਰਮਾਦੀਆਂ ਖਦੀਜਾ ਕਿਉਂ ਪਰੇਸ਼ਾਨ ਅੰਮਾ ਖਦੀਜਾ ਫਰਮਾ ਲਗੀ ਸਫੀਆ ਵੇਖ ਮੇਰਾ ਤਿਜਾਰਤ ਦਾ ਕਾਫਿਲਾ ਮੁਲਕੇ ਸ਼ਾਮ ਵੱਲ ਚੱਲਿਆ ਪਰੇਸ਼ਾਨ ਆ ਕੇ ਕੋਈ ਕੋਈ ਮੇਰਾ ਸ਼ੋਹਰ ਹੁੰਦਾ ਮੇਰਾ ਕੋ ਪੁੱਤਰ ਜਵਾਨ ਹੁੰਦਾ ਤੇ ਮੇਰਾ ਕਾਰੋਬਾਰ ਸੰਭਾਲਦਾ ਲੋਕਾਂ ਨੂੰ ਪੈਸੇ ਦੇ ਕੇ ਕਾਰੋਬਾਰ ਕਰਵਾਉਂਦੀ ਆ ਤੇ ਲੋਕ ਅੱਧਾ ਮਾਲ ਖਾ ਜਾਂਦੇ ਨੇ ਅੱਧਾ ਮੈਨੂੰ ਦਿੰਦੇ ਨੇ ਨਾ ਇੱਥੇ ਕੋਈ ਦਿਆਨਤਦਾਰ ਏ ਨਾ ਕੋਈ ਅਮਾਨਤਦਾਰ ਏ ਨਾ ਕੋਈ ਇੱਥੇ ਸਾਦਿਕ ਏ ਤੇ ਨਾ ਕੋਈ ਅਮੀਨ ਏ ਮੈਂ ਕੀ ਕਰਾਂ ਮੈਂ ਕੀ ਕਰਾਂ ਲੋਕ ਮੇਰਾ ਕਾਰੋਬਾਰ ਉਜਾੜ ਚੱਲੇ ਨੇ ਮਗਰ ਮੈਂ ਕਿਹਨੂੰ ਕਾਰੋਬਾਰ ਕਰਾਵਾਂ ਆਪਣਾ ਹੈ ਕੋਈ ਨਹੀਂ ਤੇ ਬੇਗਾਨਿਆਂ ਤੇ ਇਤਬਾਰ ਕੋਈ ਨਹੀਂ ਦਿਆਨਤਦਾਰ ਇੱਥੇ ਹੈ ਕੋਈ ਨਹੀਂ ਤੇ ਹਜ਼ਰਤ ਸਫੀਆ ਪੁਕਾਰ ਕੇ ਫਰਮਾਦੀਆਂ ਨੇ ਖਦੀਜਾ ਜੇ ਆਖੇ ਤੇ ਇੱਕ ਅਮਾਨਤਦਾਰ ਨੂੰ ਮੈਂ ਜਾਣਨੀ ਆ ਉਹਨਾਂ ਬੁਲਾਵਾਂ ਤੇਰਾ ਕਾਰੋਬਾਰ ਸੰਭਾਲੇ
ਅਮਾ ਖਦੀਜਾ ਫਰਮਾ ਲੱਗੀਆਂ, ਸਫੀਆ ਇਸ ਮੱਕੇ ਵਿੱਚ ਕੌਣ ਏਡਾ ਅਮਾਨਤਦਾਰ ਆ ਗਿਆ? ਤੇ ਹਜ਼ਰਤ ਸਫੀਆ ਫਰਮਾ ਲੱਗੀਆਂ, ਯਾਦ ਕਰ ਖਦੀਜਾ, ਮੈਂ ਤੈਨੂੰ ਕਹਿੰਦੀ ਹਾਂ ਮੇਰਾ ਇੱਕ ਭਤੀਜਾ ਮੁਹੰਮਦ, ਤੇ ਲੋਕ ਉਹਨੂੰ ਸਾਦਿਕ ਤੇ ਅਮੀਨ ਕਹਿ ਕੇ ਪੁਕਾਰਦੇ ਨੇ, ਜੇ ਇਜਾਜ਼ਤ ਦੇਵੇ ਤੇ ਮੈਂ ਉਹਨੂੰ ਬੁਲਾਵਾਂ, ਤੇਰਾ ਕਾਰੋਬਾਰ ਸੰਭਾਲੇ। ਅਮਾ ਖਦੀਜਾ ਫਰਮਾ ਲੱਗੀਆਂ, ਬੁਲਾਓ ਬੁਲਾਓ ਬੁਲਾਓ। ਹੁਣ ਨਬੀ ਪਾਕ ਦੀ ਪੁੱਪੂ ਨੇ ਪੈਗਾਮ ਭੇਜਿਆ, ਤੇਰਾ ਖਦੀਜਾ ਦੇ ਮਹੱਲ ਆਇਆ ਜੇ। ਨਬੀ ਪਾਕ ਟੁਰੇ, ਤਵੱਜੋ ਚਾ ਚੰਦੂ ਵਾਲਿਓ, ਇੱਧਰ ਅਮਾ ਖਦੀਜਾ ਦੀ ਇੱਕ ਬਚਪਨ ਦੀ ਸਹੇਲੀ ਸੀ ਤੇ ਉਹਦਾ ਨਾਮ ਸੀ ਨਫੀਸਾ। ਅਮਾ ਖਦੀਜਾ ਨੇ ਨਫੀਸਾ ਨੂੰ ਬੁਲਾ ਲਿਆ ਤੇ ਦਰਮਿਆਨ ਚ ਇੱਕ ਬਰੀਕ ਜਿਹਾ ਸਫੇਦ ਰੰਗ ਦਾ ਪਰਦਾ ਲਟਕਾ ਲਿਆ ਤੇ ਪਰਦੇ ਦੀ ਓਟ ਚ ਅਮਾ ਖਦੀਜਾ, ਹਜ਼ਰਤ ਨਫੀਸਾ ਤੇ ਹਜ਼ੂਰ ਦੀ ਫੁੱਫੋ ਹਜ਼ਰਤ ਸਫੀਆ ਬੈਠ ਗਈਆਂ। ਉਹ ਸਾਹਮਣੇ ਦਰਵਾਜ਼ਾ ਸੀ ਤੇ ਉੱਥੇ ਗੁਜ਼ਰ ਕੇ ਨਬੀ ਪਾਕ ਨੇ ਤਸ਼ਰੀਫ ਲਿਆਣੀ ਤੇ ਪਰਦਾ ਸਾਹਮਣੇ ਲਟਕ ਗਿਆ ਤੇ ਪਰਦੇ ਦੀ ਓਟ ਚ ਅਮਾ ਖਦੀਜਾ ਬੈਠੀਆਂ ਨੇ। ਹਜ਼ੂਰ ਦਾ ਇੰਤਜ਼ਾਰ ਹੋ ਰਿਹਾ ਕਦੋਂ ਹਜ਼ੂਰ ਆਵਣ। ਆਤਿਫ ਸਾਹਿਬ ਇੰਜ ਕਰਕੇ ਦਰਵਾਜ਼ਾ ਖੁੱਲਿਆ ਨਾ ਤੇ ਅਮਾ ਖਦੀਜਾ ਦੀ ਨਿਗਾਹ ਰੁਖੇ ਮੁਸਤਫਾ ਤੇ ਪਹਿਲੀ ਵਾਰੀ ਪਈ ਤੇ ਦਿਲ ਹੋ ਗਿਆ, ਦਿਲ ਹੋ ਗਿਆ। ਇਹ ਤੇ ਉਹੀ ਸੂਰਜ ਹੈ ਜਿਹੜਾ ਖਾਬ ਚ ਵੇਖਿਆ। ਹੁਣ ਕੀ ਵੇਖਿਆ? ਰੰਗ ਦੇਵਾਂ, ਰੰਗ ਦੇਵਾਂ। ਆ ਜਿਹੜਾ ਨਹੀਂ ਨਾ ਬੋਲਦਾ ਉਹਦਾ ਧਿਆਨ ਰੱਖਿਓ, ਉਹਨੂੰ ਲੰਗਰ ਨਾ ਖਾਣ ਦਿਆ ਜਾ, ਕਿਉਂਕਿ ਜਿਹਦਾ ਖਾਈਏ ਕਈ ਖਾਏ ਨੇ ਤੇ ਕਈਆਂ ਖਾਣਾ, ਜੇ ਅੱਧੇ ਖਾਏ ਨੇ ਤੇ ਅੱਧਿਆਂ ਵਾਸਤੇ ਰੱਖਿਆ। ਇਹ ਜਿਹੜੇ ਖਾਏ ਨੇ ਨਾ ਉਹਨਾਂ ਵੀ ਉਹਨਾਂ ਅੱਧਿਆਂ 'ਚ ਰਲਣਾ ਤੇ ਉਹਨਾਂ ਫਿਰ ਖਾ ਲੈਣਾ ਮਾਸ਼ਾਅੱਲਾ। ਸਿਆਣੇ ਕਹਿੰਦੇ ਨੇ ਜਿਹਦਾ ਖਾਈਏ ਉਹਦਾ ਗਾਈਏ। ਜਿਹਦੀ ਅੰਮੀ ਨੇ ਦੱਸ ਕੇ ਭੇਜਿਆ ਤੂੰ ਤੇ ਪਲਿਆ ਹੀ ਕਮਲੀ ਵਾਲੇ ਦੇ ਲੰਗਰ ਤੇ, ਸੁਣਨੀ ਮਾਂ ਦਾ ਪੁੱਤਰ ਬੋਲੇ ਸੁਭਾਨ ਅੱਲਾਹ। ਅਮਾ ਖਦੀਜਾ ਫਰਮਾਦੀ ਮੈਂ ਵੇਖਿਆ ਇੱਕ ਮਾਹ ਮਦਨ ਗੋਰਾ ਸਬਦਨ ਨੀਚੀ ਨਜ਼ਰੇ ਖੁੱਲ ਕੀ ਖਬਰੇ, ਇੱਕ ਮਾਹ ਮਦਨ ਗੋਰਾ ਸਬਦਨ ਨੀਚੀ ਨਜ਼ਰੇ ਖੁੱਲ ਕੀ ਖਬਰੇ,
ਫਰਮਾਂਦੀਆਂ ਅੱਖ ਨਾਲ ਅੱਖ ਮਿਲਾ ਮੁਹੰਮਦ ਲੁੱਟ ਖੜਿਆ ਦਿਲ ਮੇਰਾ ਦਿਲ ਆਉ ਗਿਆ ਆਉ ਗਿਆ ਆਉ ਗਿਆ ਮੇਰੇ ਨਬੀ ਖਰਾਮਾ ਖਰਾਮਾ ਟੁਰੇ ਟੁਰੇ ਆ ਕੇ ਪਰਦੇ ਦੀ ਓਟ ਚ ਬੈਠ ਗਏ ਓਟ ਚ ਬੈਠ ਗਏ ਓਟ ਚ ਬੈਠ ਗਏ ਅੰਮਾ ਖਦੀਜਤੁਲ ਕੁਬਰਾ ਨਬੀ ਪਾਕ ਦਾ ਚਿਹਰਾ ਵੇਖ ਰਹੀਆਂ ਤੇ ਹਜ਼ੂਰ ਫਰਮਾਨ ਲਗੇ ਫੁੱਫੋ ਜੀ ਮੈਨੂੰ ਕਿਉਂ ਬੁਲਾਏ ਹਜ਼ਰਤ ਸਫੀਆ ਹਜ਼ੂਰ ਦੀ ਫੁੱਫੋ ਪਰਦੇ ਦੀ ਓਟ ਚ ਬੈਠੀਆਂ ਤੇ ਅੰਮਾ ਖਦੀਜਾ ਫਰਮਾਉਂਦੀਆਂ ਜੀ ਮੈਂ ਬੁਲਵਾਏ 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 ਮੇਰੇ ਆਕਾ ਨੇ ਫਰਮਾਇਆ ਜੀ ਕਿਉਂ ਬੁਲਾਇਆ ਤੇ ਅੰਮਾ ਖਦੀਜਾ ਕਹਿਣ ਲੱਗੀਆਂ ਮੈਂ ਚਾਹਨੀ ਹਾਂ ਕਿ ਮੇਰਾ ਕਾਰੋਬਾਰ ਤੁਸੀਂ ਸੰਭਾਲੋ ਤੇ ਮੱਕੇ ਮੁਲਕੇ ਸ਼ਾਮ ਵੱਲ ਮੇਰਾ ਤਜਾਰਤ ਦਾ ਕਾਫਿਲਾ ਜਾ ਰਿਹਾ ਮੇਰਾ ਇਹ ਇਰਾਦਾ ਕਿ ਇਸ ਵਾਰ ਇਹ ਕਾਫਿਲਾ ਤੁਸੀਂ ਲੈ ਕੇ ਜਾਓ ਸੁਣਿਆ ਲੋਕ ਤੁਹਾਨੂੰ ਸਾਦਿਕ ਤੇ ਅਮੀਨ ਕਹਿ ਕੇ ਪੁਕਾਰਦੇ 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 ਨੌਜਵਾਨੋ ਮੇਰੇ ਅਕਲ ਸਲਾਮ ਨੇ ਫਰਮਾਇਆ ਖਦੀਜਾ ਮੈਂ ਤੇਰਾ ਕਾਰੋਬਾਰ ਬੜੀ ਦਿਆਨਤਦਾਰੀ ਤੇ ਅਮਾਨਤਦਾਰੀ ਨਾਲ ਚਲਾਵਾਂਗਾ ਅੰਮਾ ਖਦੀਜਾ ਦੇ ਲੱਭਾਂ ਚੋਂ ਜੁਮਲਾ ਨਿਕਲ ਗਿਆ ਕਹਿਣ ਲੱਗੀਆਂ ਜੀ ਤਨਖਾਹ ਕਿੰਨੀ ਲਵੋਗੇ ਬੜੀ ਅਮਾਨਤਦਾਰੀ ਤੇ ਦਿਆਨਤਦਾਰੀ ਨਾਲ ਕਰਾਂਗਾ ਪਰ ਜਿਹੜਾ ਮੁਨਾਫਾ ਹੋਵੇਗਾ ਨਾ ਉਹ ਅੱਧਾ ਤੁਹਾਡਾ ਤੇ ਅੱਧਾ ਸਾਡਾ ਅੰਮਾ ਖਦੀਜਾ ਜਲਦੀ ਜਲਦੀ ਕਹਿਣ ਲੱਗੇ ਜੀ ਮੈਨੂੰ ਮਨਜ਼ੂਰ ਹੈ ਤੇ ਦਿਲ 'ਚ ਪਤਾ ਕੀ ਕਹਿੰਦੀਆਂ ਨੇ ਜਿੱਥੇ ਦਿਲਾਂ ਦੇ ਸੌਦੇ ਹੋ ਜਾਣ ਉੱਥੇ ਮਾਲ ਦੇ ਸੌਦੇ ਤੇ ਨਹੀਂ ਨਾ ਕਰੀਦੇ ਹਾਏ ਹਾਏ ਜਿੱਥੇ ਦਿਲਾਂ ਦੇ ਸੌਦੇ ਹੋ ਜਾਣ ਉੱਥੇ ਮਾਲ ਦੇ ਸੌਦੇ ਨਹੀਂ ਨਾ ਕਰੀਦੇ ਜਿਹੜਾ ਹੁੰਦਾ ਨਾ ਸ਼ਰੀਕ ਬਾਬਾ ਜੀ ਇਹ ਵੇਖੋ ਨਾ ਇੱਕ ਬਾਪ ਦੇ ਦੋ ਪੁੱਤਰ ਹੋਣ ਤੇ ਬਾਪ ਤੋਂ ਬਾਅਦ ਉਹ ਦੋਵੇਂ ਪੁੱਤਰ ਬਾਪ ਦੀ ਅੱਧੀ ਅੱਧੀ ਦੌਲਤ ਦੇ ਸ਼ਰੀਕ ਹੁੰਦੇ ਨੇ ਅੱਧੀ ਦੌਲਤ ਉਹਦੀ ਤੇ ਅੱਧੀ ਦੌਲਤ ਉਹਦੀ ਉਹ ਦੋਵੇਂ ਭਾਈ ਇੱਕ ਦੂਜੇ ਦੇ ਫਿਰ ਸ਼ਰੀਕ ਹੁੰਦੇ ਨੇ ਦੌਲਤ ਵਿੱਚ ਸ਼ਰੀਕ ਜਿਹੜਾ ਹੋਵੇ ਨਾ ਸ਼ਰੀਕ ਉਹ ਹੁੰਦਾ ਅੱਧੇ ਦਾ ਵਾਰਿਸ ਤੇ ਜਿਹੜਾ ਹੋਵੇ ਨਾ ਹਬੀਬ ਉਹਨੂੰ ਪਤਾ ਕੀ ਆਖੀਦਾ ਜੀ ਕੁੱਲੀ ਵੀ ਤੁਹਾਡੀ ਹੈ ਜੁੱਲੀ ਵੀ ਤੁਹਾਡੀ ਹੈ ਤੇ ਅਸੀਂ ਵੀ ਤੁਹਾਡੇ ਹੀ ਹਾਂ ਪਤਾ ਲੱਗਿਆ ਸ਼ਰੀਕ ਅੱਧੇ ਦਾ ਵਾਰਸ ਹੁੰਦਾ ਹੈ ਤੇ ਹਬੀਬ ਪੂਰੇ ਦਾ ਹੀ ਮਾਲਕ ਹੁੰਦਾ ਹੈ ਤੇ ਜਿਹੜਾ ਹੋਵੇ ਹੀ ਹਬੀਬ ਉਹ ਤੇ ਸੌਦੇ ਤੇ ਨਹੀਂ ਨਾ ਕਰੀਦੇ ਅੰਮਾ ਖਦੀਜਾ ਦਿਲ ਚ ਖਿਆਲ ਕਰਕੇ ਫਰਮਾਦੀਆਂ ਸੋਹਣਿਆ ਜਿੱਥੇ ਦਿਲ ਹੀ ਦੇ ਦਿੱਤਾ ਉੱਥੇ ਮਾਲ ਦੇ ਸੌਦੇ ਕੌਣ ਕਰੇ ਆਖਿਆ ਜੀ ਸਾਨੂੰ ਕਬੂਲ ਹੈ ਲਓ ਬਈ ਹੁਣ ਮੈਂ ਅਗਲੀ ਦਾਸਤਾਨ ਛੇੜਾਂ ਅਜੇ ਮੈਂ ਤੁਹਾਨੂੰ ਅੱਧਾ ਸਫ਼ਰ ਕਰਾਇਆ ਤੇ ਅੱਧਾ ਅਜੇ ਬਾਕੀ ਹੈ ਤੇ ਹਾਜੀ ਸਾਹਿਬ ਨੇ ਮੈਨੂੰ ਪਰਚੀ ਵੀ ਦੇ ਦਿੱਤੀ ਹੈ ਕਿ ਆਹ ਵੀ ਸੁਣਾਉਣਾ ਤੇ ਅਜੇ ਉਹ ਸਫ਼ਰ ਵੀ ਮੈਂ ਪੈਣੇ ਪੈਣਾ ਮਗਰ ਮੈਂ ਇਨਸ਼ਾਅੱਲਾ ਤੁਹਾਨੂੰ ਜਲਦੀ ਜਲਦੀ ਸੁਣਾ ਦੇਣਾ ਨਾਮ ਆਪਣਾ ਇਮਤਿਹਾਨ ਦੇਣਾ ਤੇ ਮੈਂ ਤੁਹਾਡਾ ਲੈਣਾ ਬਾਈ ਕਾਫਿਲਾ ਤਿਆਰ ਹੋ ਗਿਆ ਯਾਦ ਰੱਖਿਓ ਉਹ ਕਾਫਿਲਾ ਇਤਨਾ ਬੜਾ ਕਾਫਿਲਾ ਸੀ ਕਿ ਪੂਰੇ ਅਰਬ ਦੇ ਤਜਾਰਤ ਦੇ ਕਾਰੋਬਾਰ ਕਰਨ ਵਾਲੇ ਆਪਣਾ ਆਪਣਾ ਸਮਾਨ ਉਸ ਕਾਫਿਲੇ 'ਚ ਰੱਖਦੇ ਸਨ ਤੇ ਇਹ ਜਿੰਨਾ ਸਾਰੇ ਲੋਕਾਂ ਦਾ ਮਾਲ ਹੁੰਦਾ ਸੀ ਅੰਮਾ ਖਦੀਜਾ ਦਾ ਖੱਲੀ ਦਾ ਤਜਾਰਤ ਦਾ ਉਤਨਾ ਮਾਲ ਹੁੰਦਾ ਸੀ ਹਜ਼ਾਰਾਂ ਦੀ ਤਦਾਦ 'ਚ ਊਂਟ ਜਾਂਦੇ ਸਨ ਜਿਸ ਦਿਨ ਕਾਫਲੇ ਦੇ ਟੁੱਟਣ ਦਾ ਵੇਲਾ ਆਇਆ ਨਾ ਅੰਮਾ ਖਦੀਜਤੁਲ ਕੁਬਰਾ ਦਾ ਇੱਕ ਗੁਲਾਮ ਸੀ ਜਿਹਦਾ ਨਾਮ ਸੀ ਮੈਸਰਾ ਪਰ ਇੱਕ ਗੁਲਾਮ ਸੀ ਜਿਹਦਾ ਨਾਮ ਸੀ ਖੁਜ਼ੈਮਾ ਮੈਸਰਾ ਅੰਮਾ ਖਦੀਜਾ ਦਾ ਬੜਾ ਲਾਡਲਾ ਗੁਲਾਮ ਸੀ ਉਹਨੂੰ ਪਿਛਲੇ ਕਮਰੇ 'ਚ ਲੈ ਗਈ
ਜਾ ਕੇ ਫਰਮਾ ਲੱਗੀਆਂ ਵੀ ਮੈਂ ਸਾਰਾ ਹਰ ਸਾਲ ਤੂੰ ਮੇਰਾ ਕਾਫਿਲਾ ਤਜਾਰਤ ਦਾ ਲੈ ਕੇ ਜਾਣਾ ਹੈ ਤੇ ਇਸ ਸਾਲ ਵੀ ਤੂੰ ਹੀ ਜਾਵੇਂਗਾ, ਪਰ ਅੱਗੇ ਜਾਣਾ ਮਾਲਿਕ ਬਣ ਕੇ, ਹੁਣ ਜਾਣੇ ਕਿਸੇ ਦਾ ਗੁਲਾਮ ਬਣ ਕੇ। ਮੈਂ ਸਾਰਾ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਖਦੀਜਾ ਮੈਂ ਤੇਰਾ ਗੁਲਾਮ ਹਾਂ, ਮੈਂ ਕਿਸੇ ਹੋਰ ਦੀ ਗੁਲਾਮੀ ਨਹੀਂ ਕਰਨੀ, ਮੈਨੂੰ ਕਿਤੇ ਗੁਲਾਮ ਬਣਾਵਾਂ ਲੱਗੀ ਹੈ। ਅੰਮਾ ਖਦੀਜਾ ਨੇ ਖਿੜਕੀ ਖੋਲ੍ਹ ਕੇ ਨਾ ਤੇ ਉਹ ਨਬੀ ਪਾਕ ਵੱਲ ਇਸ਼ਾਰਾ ਕੀਤਾ ਨਾ ਤੇ ਨਬੀ ਪਾਕ ਦੇ ਚਿਹਰੇ ਤੇ ਮੈਂ ਸਾਰਾ ਦੀ ਨਿਗਾਹ ਪਈ ਤੇ ਬੈਠ ਗਿਆ ਤੇ ਬੈਠ ਕੇ ਕਹਿਣ ਲੱਗਾ ਖਦੀਜਾ ਜੇ ਇਹਦੀ ਗੁਲਾਮੀ ਕਰਨੀ ਹੈ ਫਿਰ ਤੈਨੂੰ ਕਹਿਣ ਦੀ ਲੋੜ ਨਹੀਂ, ਇਹਨੂੰ ਵੇਖ ਕੇ ਗੁਲਾਮੀ ਕਰਨ ਨੂੰ ਜੀ ਪਿਆ ਕਰਦਾ। ਮੈਂ ਸਾਰਾ ਕਹਿਣ ਲੱਗਾ ਮੇਰੀ ਡਿਊਟੀ ਕੀ ਹੈ। ਮੌਲਾਨਾ ਅਬਦੁਲ ਰਹਿਮਾਨ ਮੁੱਲਾ ਜਾਮੀ ਰਹਿਮਤੁਲਲਾਹ ਅਲੈਹ ਸ਼ਬਾਹਿਦੁਨ ਨਬੂਵਾ ਚ ਲਿਖਿਆ ਅੰਮਾ ਖਦੀਜਾ ਫਰਮਾ ਲੱਗੀਆਂ ਕਿ ਮੈਂ ਸਾਰਾ ਤੇਰੀ ਡਿਊਟੀ ਹੈ ਵੇ 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 ਕਿ ਮੈਂ ਸੁਣਿਆ ਕਿ ਮੁਹੰਮਦ ਸਾਦਿਕ ਤੇ ਅਮੀਨ ਤੇ ਬੜੇ ਬੜੇ ਅਮਾਨਤਦਾਰ ਨੇ ਅੱਜ ਸਫ਼ਰ ਤੇ ਚੱਲਿਆ ਮੁਲਕ ਸ਼ਾਮ ਕੋ 6 ਮਹੀਨੇ ਲੱਗਣੇ ਨੇ ਸਫ਼ਰ ਤੇ ਮੁਹੰਮਦ ਨਾਲ ਇਕੱਠਿਆਂ ਰਹਿਣਾ ਹੈ। ਇੰਜ ਕਰੀ ਕਿ ਪੂਰੇ ਸਫ਼ਰ ਵਿੱਚ ਮੁਹੰਮਦ ਦਾ ਸਾਇਆ ਕੋਈ ਨਹੀਂ ਪਰ ਸਾਇਆ ਬਣ ਕੇ ਨਾਲ ਰਵੀ ਤੇ ਕਿਰਦਾਰ ਵੇਖੀ ਮੁਹੰਮਦ ਦਾ ਅਸਲੀ ਕਿਰਦਾਰ ਕਿਵੇਂ ਦਾ ਹੈ। ਇੱਥੇ ਬੜੇ ਬੜੇ ਬਜ਼ੁਰਗ ਅੱਜ ਸਾਹਿਬ ਕਿਬਲਾ ਤਸ਼ਰੀਫ ਫਰਮਾ ਨੇ, ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਵੀ ਬੈਠੇ ਹੋ, ਜ਼ਮਾਨਾ ਸਾਜ਼ ਜ਼ੀਰਕ ਲੋਕ ਬੈਠੇ ਹੋ, ਸਿਆਣੇ ਲੋਕ ਕਹਿੰਦੇ ਨੇ ਕਿ ਕਿਸੇ ਨੂੰ ਚੈੱਕ ਕਰਨਾ ਹੋਵੇ ਨਾ ਕਿ ਉਹ ਕਿਵੇਂ ਦਾ, ਉਹਦਾ ਅਸਲੀ ਕਿਰਦਾਰ ਕਿਵੇਂ ਦਾ, ਉਹਦੇ ਤਿੰਨ ਤਰੀਕੇ ਨੇ। ਤਵੱਜੋ ਮੇਰੇ ਵੱਲ, ਤਿੰਨ ਤਰੀਕੇ ਨੇ। ਕਿਸੇ ਨੂੰ ਅਜ਼ਮਾਨਾ ਹੋਵੇ ਤੇ ਉਹਦੇ ਨਾਲ ਸਫ਼ਰ ਕਰਕੇ ਵੇਖ ਲਓ, ਤੋ ਦੌਰਾਨ ਸਫ਼ਰ ਤੁਹਾਨੂੰ ਪਤਾ ਚੱਲ ਜਾਏਗਾ ਕਿ ਬੰਦੇ ਦਾ ਅਸਲੀ ਕਿਰਦਾਰ ਕਿਵੇਂ ਦਾ। ਪਰ ਸਫ਼ਰ ਇਹ ਨਹੀਂ ਕਿ ਇੱਥੋਂ ਸ਼ੇਖਪੁਰੇ ਚਲੇ ਗਏ ਤੇ ਆਖਿਆ ਮੈਂ ਵੇਖ ਆਇਆ ਜੀ ਬੰਦੇ, ਨਹੀਂ। ਸਿਆਣੇ ਫਰਮਾਦੇ ਨੇ ਜਿਤਨੀ ਦੇਰ ਚ ਇੱਕ ਦਾਣਿਆਂ ਦੀ ਬੋਰੀ ਇਨਸਾਨ ਖਾ ਸਕਦਾ ਹੈ, ਇਤਨਾ ਵਕਤ ਕਿਸੇ ਦੇ ਨਾਲ ਗੁਜ਼ਾਰੂ ਤੁਹਾਨੂੰ ਪਤਾ ਚੱਲ ਜਾਏਗਾ ਉਹਦਾ ਅਸਲੀ ਕਿਰਦਾਰ ਕਿਰਦਾਰ। ਦੂਸਰਾ ਬਜ਼ੁਰਗ ਲੋਕ ਫਰਮਾਦੇ ਨੇ ਕਿ ਕਿਸੇ ਨਾਲ ਕਾਰੋਬਾਰ ਕਰਕੇ ਵੇਖ ਲਓ, ਪਾਰਟਨਰਸ਼ਿਪ ਕਰਕੇ ਵੇਖ ਲਓ, ਤੁਹਾਨੂੰ ਪਤਾ ਚੱਲ ਜਾਏਗਾ ਬੰਦਾ ਕਿਹੜਾ ਹੈ। ਕਿਉਂ ਜੀ, ਇਸ ਤਰ੍ਹਾਂ ਹੀ ਹੋ ਰਿਹਾ, ਲੱਗ ਗਿਆ ਨਾ ਪਤਾ, ਇਹ ਪਤਾ ਲੱਗ ਜਾਂਦਾ ਬਾਕੀ। ਤੀਸਰਾ, ਇਨਸਾਨ ਨੂੰ ਗੁੱਸੇ ਦੀ ਹਾਲਤ ਵਿੱਚ ਵੇਖ ਲਓ, ਗੁੱਸੇ ਦੀ ਹਾਲਤ 'ਚ ਇਨਸਾਨ ਦਾ ਅਸਲੀ ਕਿਰਦਾਰ ਬਾਹਰ ਆ ਜਾਂਦਾ। ਔਰ ਚੌਥਾ ਕਹਿੰਦੇ ਨੇ ਜੇ ਬਹੁਤਾ ਚੱਕਰ ਨਾ ਹੋਵੇ ਤਾਂ ਕਿਸੇ ਨੂੰ ਕਰਜ਼ਾ ਦੇ ਕੇ ਵੇਖ ਲਓ। ਉਹ ਜਿਹਨੇ ਕਰਜ਼ਾ ਤਰਲੇ ਲੈ ਕੇ ਲਿਆਉਂਦਾ ਸੀ ਉਹਦੇ ਕੋਲ ਤਰਲੇ ਕਰਕੇ ਲੈਣਾ ਪੈਣਾ। ਇਨਸਾਨ ਨੂੰ ਚੈੱਕ ਕਰਨਾ ਹੋਵੇ ਤੇ ਮੁਖਤਲਿਫ ਤਰੀਕੇ ਨੇ, ਇਹ ਮੈਂ ਤੁਹਾਨੂੰ ਦੱਸ ਦਿੱਤੇ। ਅੰਮਾ ਖਦੀਜਾ ਬੜੀ ਸੀਰਤ ਤੇ ਸਮਝਦਾਰ ਔਰ ਸਨ, ਆਪ ਨੂੰ ਪਤਾ ਸੀ ਸਫ਼ਰ ਇਕੱਠਿਆਂ ਕਰਨਾ ਹੈ। ਫਰਮਾ ਲੱਗੀਆਂ ਮੈਂ ਸਾਰਾ ਮੁਹੰਮਦ ਦਾ ਕਿਰਦਾਰ ਚੈੱਕ ਕਰਕੇ ਆਵਾਂ। ਹੁਣ ਮੈਂ ਸਾਰਾ ਜਾ ਰਿਹਾ ਅੰਮਾ ਖਦੀਜਾ ਦਾ ਜਾਸੂਸ ਬਣ ਕੇ। ਜਿਹੜੇ ਵੇਲੇ ਸਫ਼ਰ ਦਾ ਆਗਾਜ਼ ਹੋਣ ਲੱਗਾ ਤੇ ਅੰਮਾ ਖਦੀਜਾ ਉਹ ਮਹਿਲ ਦੀ ਉੱਪਰ ਵਾਲੀ ਛੱਤ ਤੇ ਚੜ ਗਈ। ਤੁਸੀਂ ਬੈਠੇ ਹੋ ਨੌਜਵਾਨ, ਇਹ ਆਤਿਫ ਸਾਹਿਬ ਜਦੋਂ ਪਹਿਲੀ ਵਾਰੀ ਕਾਰੋਬਾਰ ਕਰਨ ਗਏ ਹੋਣਗੇ ਜਾਪਾਨ ਤੇ ਮਾਂ ਵੀ ਰੋਂਦੀ ਹੋਵੇਗੀ, ਬਾਪ ਵੀ ਰੋਂਦਾ ਹੋਵੇਗਾ ਕਿ ਪੁੱਤਰ ਪਰਦੇਸ ਟੁਰ ਚਲੇ ਆਏ। ਮਾਂ ਨੇ ਦੁਆਵਾਂ ਦੇ ਕੇ, ਬਾਪ ਤੇ ਦਾਦੇ ਨੇ ਦੁਆਵਾਂ ਦੇ ਕੇ ਟੁਰਿਆ ਹੋਵੇਗਾ। ਤੁਸੀਂ ਵੀ ਸਾਰੇ ਜਦੋਂ ਪਹਿਲੀ ਵਾਰੀ ਜ਼ਿੰਦਗੀ 'ਚ ਕਾਰੋਬਾਰ ਕਰਨ ਗਏ ਹੋਵੋਗੇ, ਆਪਣੀ ਮਾਂ ਤੇ ਆਪਣੇ ਬਾਪ ਤੇ ਦਾਦੇ ਕੋਲ ਦੁਆਵਾਂ ਲੈ ਕੇ ਗਏ ਹੋਵੋਗੇ। ਪਰ ਜਦੋਂ ਕਮਲੀ ਵਾਲੇ ਪਹਿਲੇ ਦਿਨ ਕਾਰੋਬਾਰ ਕਰਨ ਚੱਲੇ, ਨਾ ਮਾਂ ਤੇ ਨਾ ਬਾਪ, ਦਾਦਾ ਦਾਦੀ ਹੈ ਕੋਈ ਨਹੀਂ। ਕਮਲੀ ਵਾਲੇ ਅੱਜ ਪਹਿਲੀ ਵਾਰੀ ਮੱਕਾ ਛੱਡ ਕੇ ਮੁਲਕ ਸ਼ਾਮ ਤੇ ਜਾਰਤ ਦਾ ਕਾਰੋਬਾਰ ਕਰਨ ਜਾ ਰਹੇ ਯਾਰ, ਨਾ ਦੁਆਵਾਂ ਦੇਣ ਵਾਲੀ ਮਾਂ ਤੇ ਨਾ ਬਾਪ, ਨਾ ਕੋਈ ਮੱਥਾ ਚੁੰਮਣ ਵਾਲਾ। ਨਬੀ ਪਾਕ ਦੀਆਂ ਫੁੱਫੀਆਂ ਤੇ ਹਜ਼ੂਰ ਦੇ ਚਾਚੇ ਤੇ ਤਾਏ ਮੇਰੇ ਨਬੀ ਨੂੰ ਜਦੋਂ ਵਿਦਿਆ ਕਰਨ ਆਏ ਨਾ, ਤੇ ਕੌਣ ਇਹਦੇ ਵਾਲੀ ਇੱਕ ਇੱਕ ਦੇ ਸੀਨੇ ਲਾ ਕੇ ਰਹੀ ਜਾਂਦੇ। ਨਬੀ ਕਰੀਮ ਦੀ ਬੁੱਬਾ ਸਫੀਆ ਫਰਮਾਨ ਲੱਗੀਆਂ, ਸੋਨੇ ਰੋਣਾ ਕਿਉਂ ਹੈ। ਫਰਮਾਇਆ ਬੁੱਬੋ ਜੀ ਮੈਨੂੰ ਅੰਮੀ ਦੀ ਯਾਦ ਪਈ ਆਉਂਦੀ, ਅੱਜ ਮੈਨੂੰ ਮਾਂ
ਯਾਦ ਆ ਰਹੀ ਮੇਰੇ ਬਾਬਾ ਅਬਦੁੱਲਾ ਯਾਦ ਆ ਰਹੇ ਮੀਆਂ ਸਾਹਿਬ ਰਹਿਮਤੁੱਲਾ ਅਲੈਹ ਫਰਮਾਉਂਦੇ ਨੇ ਪਾਉ ਮਰੇ ਸਿਰ ਨੰਗਾ ਥੋੜੀ ਦੇਰ ਬਾਅਦ ਨਿਕਲੇ ਨਾ ਤੇ ਅਚਾਨਕ ਕਾਫਿਲਾ ਰੁਕ ਗਿਆ। ਨਬੀ ਪਾਕ ਨੇ ਮੈਸਰਾ ਨੂੰ ਬੁਲਾ ਕੇ ਫਰਮਾਇਆ ਕਾਫਿਲਾ ਕਿਉਂ ਰੁਕਿਆ? ਕਹਿਣ ਲੱਗਾ ਦੋ ਊਂਟ ਬਿਮਾਰ ਹੋ ਗਏ ਨੇ, ਟੁਰਦੇ ਨਹੀਂ। ਕਾਫਿਲਾ ਅੱਗੇ ਅੱਗੇ ਜਾਂਦਾ ਤੇ ਊਂਟ ਪਿੱਛੇ ਪਿੱਛੇ ਜਾਂਦੇ ਨੇ। ਨਬੀ ਕਰੀਮ ਨੇ ਫਰਮਾਇਆ ਯਾ ਊਂਟ ਲੈ ਆਓ ਤੇ ਯਾ ਮੈਨੂੰ ਲੈ ਜਾਓ। ਕਹਿਣ ਲੱਗਾ ਊਂਟ ਤੇ ਉੱਠ ਨਹੀਂ ਸਕਦੇ। ਨਬੀ ਪਾਕ ਊਂਟਾਂ ਦੇ ਕਰੀਬ ਆਏ, ਇਸ ਤਰ੍ਹਾਂ ਕਰਕੇ ਯਦੁੱਲਾ ਵਾਲੇ ਹੱਥ ਊਂਟਾਂ ਦੀ ਕੰਡ ਤੇ ਫੇਰੇ ਤੇ ਮੈਸਰਾ ਕਹਿੰਦਾ ਮੈਂ ਵੇਖ ਕੇ ਹੈਰਾਨ ਰਹਿ ਗਿਆ। ਅੱਗੇ ਕਾਫਿਲਾ, ਅੱਗੇ ਊਂਟ, ਪਿੱਛੇ ਹੁਣ ਊਂਟ, ਅੱਗੇ ਕਾਫਿਲਾ, ਪਿੱਛੇ। ਇੱਕ ਦਿਨ ਹਜ਼ਰਤ ਅਬੂ ਹੁਰੈਰਾ ਗੁਜ਼ਰੇ, ਬੜੇ ਪਰੇਸ਼ਾਨ। ਨਬੀ ਪਾਕ ਨੇ ਫਰਮਾਇਆ ਕਿਉਂ ਪਰੇਸ਼ਾਨ ਹੈ? ਅੱਜ ਕੀਤੀ ਇੱਕ ਸਵਾਰੀ ਖਰੀਦੀ, ਊਂਟ ਖਰੀਦ ਬੈਠਾ, ਟੁਰਦਾ ਹੀ ਨਹੀਂ। ਤੁਸੀਂ ਗੱਡੀ ਖਰੀਦ ਲਓ, ਕਾਰ ਖਰੀਦ ਲਓ, ਅੱਲਾ ਸਾਰੇ ਦੇ ਨਸੀਬਾ ਸਭ ਦੇ ਕਰੇ ਸਾਡੇ, ਤੇ ਉਹ ਖਰਾਬ ਹੋ ਜਾਏ ਜਾਂ ਚੱਲੇ ਨਾ, ਜਿਹੜੇ ਕੰਮ ਲਈ ਉਹ ਕੰਮ ਹੀ ਨਾ ਕਰੇ ਤੇ ਬੰਦਾ ਪਰੇਸ਼ਾਨ ਹੋ ਜਾਂਦਾ, ਮੇਰਾ ਸਰਮਾਇਆ ਜ਼ਾਇਆ ਹੋ ਗਿਆ। ਆਪ ਨੇ ਊਂਟ ਖਰੀਦਿਆ ਤੇ ਉਹ ਊਂਟ ਟੁਰਦਾ ਹੀ ਨਹੀਂ, ਬੜੇ ਪਰੇਸ਼ਾਨ। ਨਬੀ ਪਾਕ ਨੇ ਫਰਮਾ ਊਂਟ ਲੈ ਕੇ ਆਓ, ਲੈ ਕੇ ਆਏ। ਇਹ ਮੇਰੇ ਵੱਲ ਵੇਖਿਓ, ਹਦੀਸੇ ਪਾ ਕੇ ਜਾਂਦਾ, ਨਬੀ ਪਾਕ ਨੇ ਆਪਣੇ ਪੈਰ ਦੀ ਅੱਡੀ ਉਸ ਊਂਟ ਨੂੰ ਲਗਾਈ। ਹਜ਼ਰਤ ਅਬੂ ਹੁਰੈਰਾ ਚੰਦ ਦਿਨ ਬਾਅਦ ਗੁਜ਼ਰੇ ਤੇ ਨਬੀ ਪਾਕ ਨੇ ਫਰਮਾਇਆ ਅਬੂ ਹੁਰੈਰਾ ਊਂਟ ਦਾ ਕੀ ਹਾਲ ਹੈ? ਕਹਿਣ ਲੱਗੇ ਯਾ ਰਸੂਲ ਅੱਲਾ, ਅੱਗੇ ਟੁਰਦਾ ਨਹੀਂ ਸੀ, ਹੁਣ ਰੁਕਦਾ ਹੀ ਨਹੀਂ। ਅੱਗੇ ਟੁਰਦਾ ਨਹੀਂ ਤੇ ਹੁਣ ਰੁਕਦਾ ਹੀ ਨਹੀਂ। ਮੈਸਰਾ ਕਹਿੰਦਾ ਨਬੀ ਪਾਕ ਨੇ ਕੰਡ ਤੇ ਹੱਥ ਫੇਰੇ ਤੇ ਕਾਫਿਲਾ ਪਿੱਛੇ ਪਿੱਛੇ ਤੇ ਊਂਟ ਅੱਗੇ ਅੱਗੇ। ਕਹਿਣ ਲੱਗਾ ਕਿ ਮੈਨੂੰ ਖਿਆਲ ਆਇਆ ਚਲੋ ਇਹ ਗੱਲ ਜਾ ਕੇ ਨਾ ਤੇ ਬਾਜੀ ਖਦੀਜਾ ਨੂੰ ਸੁਣਾਵਾਂ। ਯਾਦ ਕਰਾ ਦੇਵਾਂ, ਇੱਥੇ ਸੁਭਾਨ ਅੱਲਾਹ ਕਹਿਣੀ ਸੀ।
ਹਜ਼ੂਰ ਦਾ ਸਾਇਆ ਹੀ ਕੋਈ ਨਹੀਂ, ਕਿਉਂਕਿ ਬੱਦਲ ਮੇਰੇ ਨਬੀ ਦਾ ਸਾਇਆ ਕਰਕੇ ਨਾਲ ਟੁਰਦੇ ਨੇ, ਹਜ਼ੂਰ ਰੁਕਦੇ ਨੇ ਬੱਦਲ ਰੁਕ ਜਾਂਦੇ ਨੇ, ਹਜ਼ੂਰ ਟੁਰਦੇ ਨੇ ਬੱਦਲ ਵੀ ਟੁਰ ਪੈਂਦੇ ਨੇ। ਮੇਰੇ ਨਬੀ ਦਾ ਸਾਇਆ ਜ਼ਮੀਨ ਤੇ, ਸਾਰੇ ਬੋਲੋ ਜ਼ਮੀਨ ਤੇ, ਕੋਈ ਨਹੀਂ। ਇਹ ਤੁਹਾਡਾ ਵੀ ਸਾਇਆ ਹੈ ਤੇ ਮੇਰਾ ਵੀ ਹੈ ਨਾ। ਰੋਸ਼ਨੀ ਅੱਗੇ ਹੋਵੇ ਤੇ ਸਾਇਆ ਪਿੱਛੇ ਆਉਂਦਾ, ਤੇ ਰੋਸ਼ਨੀ ਪਿੱਛੇ ਹੋਵੇ ਤੇ ਸਾਇਆ ਅੱਗੇ ਆਉਂਦਾ। ਅੱਲਾ ਪਰਮਾ ਸੋਹਣਿਆ ਤੈਨੂੰ ਸਾਇਆ ਨਹੀਂ ਦੇਣਾ ਯਾ ਅੱਲਾ, ਕਿਉਂ? ਫਰਮਾ ਤੇਰਾ ਸਾਇਆ ਵੀ ਤੇਰੇ ਅੱਗੇ ਟੁਰਿਆ ਤੇ ਤੇਰੇ ਰੱਬ ਤੋਂ ਤੇ ਬਰਦਾਸ਼ਤ ਨਹੀਂ ਹੋਣਾ। ਅੱਲਾ ਫਰਮਾ ਸੋਹਣਿਆ ਸਾਡੇ ਕੋਲ ਤੇਰੇ ਸਾਇਆ ਦੀ ਵੀ ਅਦਬੀ ਬਰਦਾਸ਼ਤ ਨਹੀਂ ਹੋਣੀ। ਸਾਇਆ ਹੀ ਨਹੀਂ ਦਿੱਤਾ, ਸਾਰਿਆਂ ਨੂੰ ਦੇ ਦਿੱਤਾ, ਆਪਣੇ ਯਾਰ ਨੂੰ ਨਹੀਂ ਦਿੱਤਾ। ਯਾਰ ਦਾ ਸਾਰਿਆਂ ਨੂੰ ਦੇ ਦਿੱਤਾ, ਯਾਰ ਨੂੰ ਕਿਉਂ ਨਹੀਂ ਦਿੱਤਾ? ਫਰਮਾ ਜਦੋਂ ਕਿਆਮਤ ਨੂੰ ਕੋਈ ਸਾਇਆ ਨਹੀਂ ਨਾ ਹੋਣਾ ਤੈਨੂੰ, ਉਦੋਂ ਦੇਖ ਕੇ ਸਾਰਿਆਂ ਤੇ ਤੇਰਾ ਹੀ ਸਾਇਆ ਕਰਕੇ ਮਾਫ ਕਰ ਦੇਵਾਂਗੇ। ਜਦੋਂ ਕਿਸੇ ਦਾ ਸਾਇਆ ਨਾ ਹੋਇਆ ਕਮਲੀ ਵਾਲਾ ਤੈਨੂੰ ਉਦੋਂ ਦੇਵਾਂਗੇ। ਬੇਮਿਸਲ ਨੇ ਮਹਬੂਬ ਵੀ ਬੇਮਿਸਲ ਬਣਾਇਆ, ਵਾਂ ਜਿਸਮ ਨਹੀਂ ਹੈ ਤੋ ਯਹਾਂ ਸਾਇਆ ਨਹੀਂ ਹੈ। ਉਹਦਾ ਜਿਸਮ ਕੋਈ ਨਹੀਂ, ਯਾਰ ਨੂੰ ਜਿਸਮ ਦਿੱਤਾ ਤੇ ਸਾਇਆ ਨਹੀਂ ਦਿੱਤਾ। ਉਹ ਆਪ ਵੀ ਬੇਮਿਸਲ ਤੇ ਯਾਰ ਵੀ ਬੇਮਿਸਾਲ ਹੀ ਬਣਾ ਲਿਆ। ਮੇਰੀ ਮਿਲਤ ਦੇ ਨੌਜਵਾਨ ਜੇ ਸਾਇਆ ਤੇ ਗੁਫ਼ਤਗੂ ਕਰਾਂ ਤੇ ਮੇਰੇ ਕਰੀਮ ਦੇ ਜੋੜਿਆਂ ਦਾ ਸਦਕਾ ਇੱਥੇ ਅਲੱਹਦਾ ਤਕਰੀਰ ਹੈ। ਇਹ ਵੀ ਤੁਹਾਨੂੰ ਫਿਰ ਕਿਸੇ ਵੇਲੇ ਹਜ਼ੂਰ ਦੇ ਸਾਇਆ ਤੇ ਗੁਫ਼ਤਗੂ ਸੁਣਾਵਾਂਗਾ ਕਿ ਜ਼ਿਲੇ ਮੁਸਤਫਾ ਦਾ ਮਸਲਾ ਕੀ ਹੈ, ਸ਼ਰੀਅਤ ਮੁਸਤਫਾ ਦੇ ਕਾਇਦੇ ਚ ਉਲਮਾ ਤੇ ਸੂਫੀਆ ਦਾ ਇਹਦੇ ਤੇ ਕੀ ਨਜ਼ਰੀਆਤ ਹਨ। ਇਹ ਅਲਹਮਦੁਲਿਲਾ ਫਿਰ ਕਿਸੇ ਵੇਲੇ ਤੁਹਾਨੂੰ ਅਰਜ਼ ਕਰਾਂਗਾ। ਆਓ ਮੁੜ ਵਾਪਸ ਚੱਲੀਏ। ਉਹ ਮੈਸਰਾ ਕਹਿੰਦਾ ਮੈਂ ਵੇਖਿਆ ਮੁਹੰਮਦ ਦਾ ਸਾਇਆ ਕੋਈ ਨਹੀਂ। ਕਹਿਣ ਲੱਗਾ ਇਹ ਵੀ ਗੱਲ ਜਾ ਕੇ ਖਦੀਜਾ ਨੂੰ ਸੁਣਾਵਾਂਗੇ। ਟੁਰੇ 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 ਤੇ ਅੱਗੇ ਇੱਕ ਸ਼ਹਿਰ ਆਇਆ ਜਿਹਨੂੰ ਅੱਜ ਉਰਦਨ ਸ਼ਹਿਰ ਕਹਿੰਦੇ ਨੇ। ਉਰਦਨ ਸ਼ਹਿਰ ਦੇ ਬਾਹਰ ਇੱਕ ਰੇਗਿਸਤਾਨ ਹੈ, ਉਹ ਅੱਜ ਵੀ ਮੌਜੂਦ ਹੈ। ਉਸ ਰੇਗਿਸਤਾਨ ਦੇ ਅੰਦਰ ਇੱਕ ਪਿਸ਼ਤੇ ਦਾ ਦਰਖਤ ਹੈ ਜਿਹੜਾ ਅੱਜ ਵੀ ਮੌਜੂਦ ਹੈ। ਗੂਗਲ ਉੱਤੇ ਸਰਚ ਕਰਕੇ ਵੇਖਿਓ, ਉਹ ਦਰਖਤ ਜਿਹੜਾ ਉਰਦਨ ਸ਼ਹਿਰ ਦੇ ਰੇਗਿਸਤਾਨ ਦੇ ਅੰਦਰ ਹੈ, ਪਿਸ਼ਤੇ ਦਾ ਦਰਖਤ ਹੈ, ਅੱਜ ਵੀ ਉਹਨੂੰ ਫਲ ਲੱਗਦੇ। ਇੰਟਰਨੈਟ ਤੇ ਉਹਦੀ ਤਸਵੀਰ ਆਮ ਵਾਇਰਲ ਹੁੰਦੀ ਹੈ। ਮੈਂ ਕਿਤਾਬਾਂ ਦੇ ਅੰਦਰ ਪੜ੍ਹਿਆ ਅੱਜ ਵੀ ਉਹਨੂੰ ਫਲ ਲੱਗਦਾ। ਕਿਉਂ? ਕਿਉਂਕਿ ਉਹਦੇ ਨਾਲ ਇੱਕ ਵਾਰੀ ਮੁਹੰਮਦ ਅਰਬੀ ਨੇ ਟੇਕ ਲਗਾਈ ਸੀ। ਰੱਬ ਨੇ ਉਹ ਦਰਖਤ ਨਹੀਂ ਸੁੱਕਣ ਦਿੱਤਾ ਜਿਹਦੇ ਨਾਲ ਯਾਰ ਨੇ ਟੇਕ ਲਗਾ ਲਈ। ਕਈ ਕਈ ਮੀਲ ਤੱਕ ਉਸ ਦਰਖਤ ਦੇ ਇਲਾਵਾ ਉਸ ਪੂਰੇ ਰੇਗਿਸਤਾਨ ਚ ਕੋਈ ਸਾਇਆ ਨਹੀਂ। ਇੱਥੋਂ ਕਾਫਿਲਾ ਗੁਜ਼ਰਦਾ ਹੈ, ਉਸ ਦਰਖਤ ਦੇ ਸਾਹਮਣੇ ਇੱਕ ਈਸਾਈਆਂ ਦਾ ਗਿਰਜਾ ਘਰ ਹੈ। ਉੱਥੇ ਇੱਕ ਪਾਦਰੀ ਹੈ, ਪਾਦਰੀ ਦਾ ਨਾਮ ਨਸਤੂਦਾ ਰਾਹਬੇ, 400 ਸਾਲ ਉਹਦੀ ਉਮਰ ਹੈ। ਨਬੀ ਕਰੀਮ ਜਦੋਂ ਉਸ ਦਰਖਤ ਦੇ ਕਰੀਬ ਪਹੁੰਚੇ ਨਾ ਤੇ ਸਾਰਾ ਕਾਫਿਲਾ ਰੁਕ ਗਿਆ। ਨਬੀ ਪਾਕ ਉਸ ਦਰਖਤ ਨਾਲ ਇੰਜ ਕਰਕੇ ਟੇਕ ਲਗਾ ਕੇ ਬੈਠ ਗਏ। ਸਾਰਾ ਕਾਫਿਲਾ ਕੋਈ ਤਾਏ ਬਾਏ ਆਰਾਮ ਕਰਨ ਚਲਾ ਗਿਆ, ਕੋਈ ਪਾਣੀ ਪੀਵਣ ਚਲਾ ਗਿਆ। ਉਹ ਜਿਹੜਾ ਪਾਦਰੀ ਸੀ ਨਾ, ਉਹ ਅਚਾਨਕ ਗਿਰਜ ਚੋਂ ਨਿਕਲਿਆ ਤੇ ਮੈਸਰਾ ਦੇ ਕਰੀਬ ਖਲੋ ਕੇ ਕਹਿਣ ਲੱਗਾ, ਉਹ ਜਿਹੜਾ ਦਰਖਤ ਨਾਲ ਸਟੇਕ ਲਗਾ ਕੇ ਸੋਹਣਾ ਜਿਹਾ ਬੈਠਾ ਹੈ, ਇਹ ਕੌਣ ਹੈ? ਤੇ ਮੈਸਰਾ ਉਹਦੇ ਵੱਲ ਵੇਖ ਕੇ ਕਹਿਣ ਲੱਗਾ, ਇਹ ਤੇ ਬਾਅਦ ਚ ਦੱਸਾਂਗਾ ਕੌਣ ਹੈ। ਇਤੋਂ ਹਰ ਸਾਲ ਅਸੀਂ ਗੁਜ਼ਰਨੇ ਆ, ਕਾਫਿਲੇ ਗੁਜ਼ਰਦੇ ਨੇ, ਇਸ ਰੇਗਿਸਤਾਨ ਚ ਪਾਣੀ ਨਹੀਂ ਮਿਲਦਾ, ਖਾਣਾ ਨਹੀਂ ਮਿਲਦਾ, ਲੋਕ ਇਥੋਂ ਜਲਦੀ ਜਲਦੀ ਗੁਜ਼ਰ ਜਾਂਦੇ ਨੇ, ਕਿਸੇ ਪਿਆਸ ਨਾਲ ਨਾ ਮਰ ਜਾਈਏ। ਜੇ ਅਸੀਂ ਰੋਕੀ ਗਏ ਆ ਤੇ ਅੱਜ ਤੱਕ ਕਾਫਿਲੇ ਗੁਜ਼ਰਦੇ ਨੇ, ਤੂੰ ਕਿਸੇ ਨੂੰ ਪਾਣੀ ਨਹੀਂ ਪੁੱਛਿਆ, ਕਿਸੇ ਦਾ ਹਾਲ ਨਹੀਂ ਪੁੱਛਿਆ, ਤੈਨੂੰ ਤੇ 400 ਸਾਲ ਗੁਜ਼ਰ ਗਏ, ਕਿਸੇ ਵੇਖੇ ਨਹੀਂ, ਕਿਉਂਕਿ ਤੂੰ ਕਦੇ ਬਾਹਰ ਆਇਆ ਹੀ ਨਹੀਂ। ਹਰ ਵੇਲੇ ਸੁਣਿਆ ਇਬਾਦਤ ਕਰਨਾ ਹੈ ਤੇ ਅੱਜ ਕਿਵੇਂ ਬਾਹਰ ਆਇਆ? ਪਾਦਰੀ ਹਜ਼ੂਰ ਵੱਲ ਵੇਖ ਕੇ ਕਹਿਣ ਲੱਗਾ, ਇਹਨਾਂ ਨੂੰ ਹੀ ਵੇਖਣ ਆਇਆ, ਇਹਨਾਂ ਲਈ ਆਇਆ। ਕਹਿਣ ਲੱਗਾ ਕਿਉਂ? ਕਹਿਣ ਲੱਗਾ ਮੈਂ ਕਿਤਾਬਾਂ 'ਚ ਪੜ੍ਹਿਆ ਕਿ ਇਸ ਦਰਖਤ ਨਾਲ ਅੱਲਾਹ ਦੇ ਨਬੀ ਹਜ਼ਰਤ ਈਸਾ ਅਲੈਹਿਸਲਾਮ ਨੇ ਟੇਕ ਲਗਾਈ ਸੀ।
ਈਸਾ ਅਲੈਹਿ ਸਲਾਮ ਤੋਂ ਬਾਅਦ ਇਸ ਦਰਖਤ ਨਾਲ ਕਿਸੇ ਇਨਸਾਨ ਨੇ ਟੇਕ ਨਹੀਂ ਲਗਾਈ, ਆਖਰੀ ਨਬੀ ਮੁਹੰਮਦ ਨੇ ਟੇਕ ਲਗਾਉਣੀ। ਪਾਦਰੀ ਕਹਿੰਦਾ ਮੈਂ 400 ਸਾਲ ਪਹਿਲੇ ਗੱਲ ਪੜ੍ਹੀ ਤੇ ਮੈਂ ਇੱਥੇ ਆ ਕੇ ਬੈਠ ਗਿਆ ਕਿ ਹਰ ਵੇਲੇ ਦਰਖਤ ਵੱਲ ਵੇਖਾਂ, ਭਲਾ ਇੱਥੇ ਕੌਣ ਟੇਕ ਲਗਾਉਂਦਾ ਜਿਹੜਾ ਅੱਲਾਹ ਦਾ ਆਖਰੀ ਨਬੀ, ਮੈਂ ਉਹਦੀ ਜ਼ਿਆਰਤ ਕਰਾਂ। ਕਹਿਣ ਲੱਗਾ ਲੋਕ ਸਮਝਦੇ ਨੇ ਮੈਂ ਹੋਰੇ ਇਬਾਦਤ ਕਰਦਾ ਰਿਹਾ। ਕਹਿਣ ਲੱਗਾ ਇਬਾਦਤ ਦਾ ਤੇ ਬਹਾਨਾ ਸੀ, ਮੈਂ ਤੇ ਮੁਹੰਮਦ ਦੀ ਰਾਜ ਖੁੱਲੀ ਪਾ ਕੇ ਬੈਠਾ ਰਿਹਾ। ਇਹ ਜਿਹੜਾ ਬੈਠਾ ਹੀ ਨਹੀਂ ਅੱਲਾਹ ਦਾ ਆਖਰੀ ਨਬੀ, ਇਹ ਅੱਲਾਹ ਦਾ ਆਖਰੀ ਨਬੀ ਹੈ। ਮੈਸਰਾ ਕਹਿੰਦਾ ਕਿ ਮੈਨੂੰ ਖਿਆਲ ਆਇਆ, ਮੈਸਰਾ ਆਹ ਵੀ ਗੱਲ ਯਾਦ ਕਰ ਲੈ, ਇਹ ਵੀ ਚੱਲ ਕੇ ਖਦੀਜਾ ਨੂੰ ਸੁਣਾਵਾਂਗੇ। ਤਵੱਜੋ ਹੈ, ਥੱਕੇ ਤੇ ਨਹੀਂ, ਹੱਥ ਖੜ ਕਰੋ ਸਾਰੇ ਜਿਹੜੇ ਜਿਹੜੇ ਥੱਕ ਗਏ। ਸੁਭਾਨ ਅੱਲਾਹ, ਚਲੋ ਹੁਣ ਹੱਥ ਚੁੱਕ ਕੇ ਬੋਲੋ, ਮੈਂ ਕੁਝ ਨਹੀਂ ਕਹਿੰਦਾ, ਹੋਰ ਉੱਚਾ ਬੋਲੋ ਸੁਭਾਨ ਅੱਲਾਹ। ਸਟੇਜ ਵਾਲੇ ਤੁਸੀਂ ਨਾ ਬੋਲੇ, ਤੁਹਾਨੂੰ ਕਿਧਰੇ ਨਜ਼ਰ ਨਾ ਲੱਗ ਜਾਏ। ਹੈ ਇਹ ਸਾਰੇ ਨਾਲ ਬਹੁਤੇ ਮਸਤ ਹੋ ਗਏ ਨੇ, ਫਰੰਟ ਦੀਆਂ ਸਵਾਰੀਆਂ ਬਾਈ ਬਾਈ, ਤੇ ਉਹ ਮੇਰਾ ਡਰਾਈਵਰ ਕਹਿੰਦਾ ਹੁੰਦਾ ਫਰੰਟ ਦੀ ਸਵਾਰੀ ਸੋ ਜਾਏ ਨਾ ਤੇ ਡਰਾਈਵਰ ਨੂੰ ਵੀ ਨੀਂਦ ਆ ਜਾਂਦੀ ਹੈ, ਤੇ ਤੁਸੀਂ ਬਾਈ ਫਰੰਟ ਤੇ ਉੱਚੇ ਹੋ ਕੇ ਬੈਠੇ, ਉੱਚੀ ਸੁਭਾਨ ਅੱਲਾਹ ਵੀ ਫਰਮਾਓ ਸਾਰੇ। ਮੈਸਰਾ ਕਹਿੰਦਾ ਟੁਰੇ ਟੁਰੇ ਅਸੀਂ ਮੁਲਕੇ ਸ਼ਾਮ ਆਏ, ਹੁਣ ਇੱਕ ਗੱਲ ਮੁਲਕੇ ਸ਼ਾਮ ਦੀ ਸੁਣਾਓ ਤੇ ਫਿਰ ਮੈਂ ਕਾਫਿਲਾ ਵਾਪਸ ਮੱਕੇ ਲੈ ਆਵਾਂ। ਆਖਿਰ ਤੇ ਫਿਰ ਸੈਯਦ ਜ਼ਾਰਾ ਪਾਕ ਦੀਆਂ ਚਾਰ ਵਸੀਅਤਾਂ ਸੁਣਾਣੀਆਂ ਜਿਹੜੀਆਂ ਹਾਜੀ ਸਾਹਿਬ ਨੇ, ਤੇ ਬੀਬੀਆਂ ਪਹਿਲਾਂ ਨੇ ਮੈਨੂੰ ਪੈਗਾਮ ਭੇਜਿਆ, ਮੈਂ ਉਹ ਆਖਿਰ ਤੋਂ ਸੁਣਾ ਕੇ ਬਸ ਫਿਰ ਇਜਾਜ਼ਤ। ਮੈਸਰਾ ਕਹਿੰਦਾ ਕਿ ਅਸੀਂ ਮੁਲਕੇ ਸ਼ਾਮ ਆ ਕੇ ਸੁਬਹ ਸੁਬਹ ਆ ਕੇ ਮੰਡੀ ਤੁਹਾਡੇ ਇੱਥੇ ਸ਼ੇਖੂਪੁਰਾ ਇਹ ਪਿੱਛੀ ਕਿਧਰੇ ਕੋਈ ਇਤਵਾਰ ਬਾਜ਼ਾਰ, ਕੋਈ ਜੁਮਾ ਬਾਜ਼ਾਰ, ਕੋਈ ਜੁਮਾ ਰਾਤ ਬਾਜ਼ਾਰ, ਕੋਈ ਲੱਗਦਾ ਹੀ ਹੋਵੇਗਾ ਬੁੱਧ ਬਾਜ਼ਾਰ ਲੱਗਦੇ ਨੇ। ਇੰਝ ਹਰ ਸਾਲ ਮੁਲਕ ਸ਼ਾਮ ਦੇ ਅੰਦਰ ਇੱਕ ਬਾਜ਼ਾਰ ਲੱਗਦਾ ਸੀ, ਮੰਡੀ ਲੱਗਦੀ ਸੀ, ਪੂਰੀ ਦੁਨੀਆ 'ਚ ਉੱਥੇ ਕਾਫਿਲੇ ਆਉਂਦੇ ਸਨ, ਲੋਕ ਆਪਣਾ ਮਾਲ ਵੇਚਣ। ਜਿਵੇਂ ਚਾਈਨਾ ਦੇ ਅੰਦਰ ਹੁਣ ਇੱਕ ਮੰਡੀ ਲੱਗਦੀ ਹੈ ਤੇ ਪੂਰੀ ਦੁਨੀਆ ਦੇ ਕਾਰੋਬਾਰੀ ਲੋਕ ਉਸ ਮੰਡੀ 'ਚ ਆਪਣਾ ਮਾਲ ਵੇਚਣ ਜਾਂਦੇ ਨੇ, ਆਪਣੇ ਮਾਲ ਦੀ ਨੁਮਾਇਸ਼ ਕਰਨ ਜਾਂਦੇ ਨੇ ਕਿ ਅਗਰ ਮਾਲ ਖਰੀਦਣਾ ਸਾਡੇ ਕੋਲੋਂ ਖਰੀਦੋ। ਇੰਝ ਮੁਲਕ ਸ਼ਾਮ 'ਚ ਇੱਕ ਮੰਡੀ ਲੱਗਦੀ ਸੀ, ਉੱਥੇ ਲੋਕ ਉਡੀਕਦੇ ਸਨ ਕਿ ਇਹ ਜਾਪਾਨ ਰਹਿੰਦੇ ਨਾ, ਇਹ ਜਾਪਾਨ ਰਹਿੰਦੇ ਨੇ ਆਤਿਫ ਸਾਹਿਬ, ਤੇ ਸਾਡੇ ਲੋਕ ਕਹਿੰਦੇ ਨੇ ਚਾਈਨਾ ਦੀ ਚੀਜ਼ ਨਾ ਖਰੀਦੋ, ਜਾਪਾਨੀ ਖਰੀਦੋ, ਕਿਉਂ? ਜਾਪਾਨ ਦੀ ਚੀਜ਼ ਬੜੀ ਮਿਆਰੀ ਹੁੰਦੀ ਹੈ। ਉਸ ਦੌਰ 'ਚ ਲੋਕ ਕਹਿੰਦੇ ਸਨ ਚੀਜ਼ ਖਰੀਦਣੀ ਹੈ ਤੇ ਮੱਕੇ ਦੀ ਖਰੀਦੋ, ਮੱਕੇ ਦੀ ਚੀਜ਼ ਬੜੀ ਮਿਆਰੀ ਹੁੰਦੀ ਉਸ ਦੌਰ 'ਚ। ਮੱਕੀ ਦਾ ਕਾਫਿਲਾ ਉਹਨਾਂ ਤੇ ਮੁਲਕ ਸ਼ਾਮ ਵਾਲਿਆ ਉਹਨਾਂ ਦਾ ਕਾਫਿਲੇ ਦਾ ਇਸਤਕਬਾਲ ਕਰਨਾ ਕਿ ਮੱਖੀ ਸਾਡੇ ਕਾਰੋਬਾਰ ਤਜਾਰਤ ਵਾਸਤੇ ਮੁਲਕ ਸ਼ਾਮ ਆਏ ਨੇ। ਮੈਸਰਾ ਕਹਿੰਦਾ ਹਰ ਸਾਲ ਆਉਂਦੇ ਸਾਂ ਤੇ ਤਜਾਰਤ ਵਾਸਤੇ ਜਦੋਂ ਸਾਨੂੰ ਮੰਡੀ ਵਿੱਚ ਜਾ ਕੇ ਮਾਲ ਲਗਾਉਣਾ, ਦੁਕਾਨਾਂ ਸਜਾਣੀਆਂ, ਫਿਰ ਮੁਨਾਦੀ ਕਰਾਉਣੀ, ਫਿਰ ਗਾਹਕਾਂ ਆਉਣੇ, ਪਰ ਅੱਜ ਤੇ ਅਜੀਬ ਹੀ ਮੰਜ਼ਰ ਹੋ ਗਿਆ। ਕਹਿੰਦਾ ਸੁਬਹ ਸੁਬਹ ਦਾ ਵੇਲਾ, ਅਜੇ ਅਸੀਂ ਸਮਾਨ ਖੋਲ੍ਹ ਕੇ ਦੁਕਾਨ ਤੇ ਸਜਾ ਰਹੇ ਹਾਂ, ਅਜੇ ਮੁਨਾਦੀ ਕਰਾਈ ਨਹੀਂ, ਢੋਲ ਵਜਾਇਆ ਨਹੀਂ, ਐਲਾਨ ਕੀਤਾ ਨਹੀਂ, ਦੁਕਾਨ ਅਜੇ ਸੱਜੀ ਨਹੀਂ, ਪਰ ਨਬੀ ਪਾਕ ਦੁਕਾਨ ਤੇ ਖਲੋ ਗਏ, ਜਿਹੜਾ ਇਧਰੋਂ ਜਾਵੇ ਉਹ ਵੀ ਖਲੋ ਜਾਏ, ਜਿਹੜਾ ਇਧਰੋਂ ਆਵੇ ਉਹ ਵੀ ਖਲੋ ਜਾਏ। ਕਹਿੰਦਾ ਜੇ ਦੁਕਾਨ ਸਜਾਈ ਨਹੀਂ ਤੇ ਮੇਰੀ ਦੁਕਾਨ ਦੇ ਉੱਤੇ ਕਿਤਾਰਾਂ ਲੱਗੀਆਂ ਗਾਹਕਾਂ ਦੀਆਂ, ਜਿਹਦੇ ਹੱਥ ਜੋ ਆਉਂਦਾ ਉਹੀ ਖਰੀਦ ਕੇ ਲੈ ਜਾਂਦਾ, ਕੋਈ ਪਸੰਦ ਵੀ ਨਹੀਂ ਕਰਦਾ, ਕੋਈ ਮੁੱਲ ਵੀ ਨਹੀਂ ਕਰਦਾ, ਮੈਂ ਜਿਹੜੀ ਕੀਮਤ ਕਹਿੰਦਾ ਲੋਕ ਉਹੀ ਦੇਈ ਜਾਂਦੇ ਨੇ ਤੇ ਮਾਲ ਖਰੀਦੀ ਜਾ ਰਹੇ। ਮੈਸਰਾ ਕਹਿੰਦਾ ਮੈਂ ਬੜਾ ਹੈਰਾਨ ਹਾਂ ਕਿ ਲੋਕਾਂ ਨੂੰ ਹੋ ਕੀ ਗਿਆ। ਕਹਿੰਦਾ ਮੈਂ ਹੈਰਾਨ ਹੋ ਗਿਆ ਕਿ ਲੋਕ ਬਾਰਗੀਨਿੰਗ ਨਹੀਂ ਕਰਦੇ, ਲੋਕ ਮੇਰੇ ਨਾਲ ਸੌਦੇਬਾਜ਼ੀ ਨਹੀਂ ਕਰਦੇ, ਜਿਤਨੀ ਕੀਮਤ ਮੰਗਣਾ ਮੂੰਹ ਮੰਗੀ ਕੀਮਤ ਚੀਜ਼ ਕੇ ਸਮਾਨ ਖਰੀਦ ਰਹੇ। ਕਹਿੰਦਾ ਮੈਂ ਥੋੜ੍ਹੀ ਥੋੜ੍ਹੀ ਕੀਮਤ ਹਰ ਚੀਜ਼ ਦੀ ਵਧਾ ਦਿੱਤੀ, ਫਿਰ ਵੀ ਕੋਈ ਨਾ ਬੋਲੇ। ਕਹਿੰਦਾ ਮੈਂ ਕੀਮਤਾਂ ਡਬਲ ਕਰ ਦਿੱਤੀਆਂ, ਫਿਰ ਵੀ ਕੋਈ ਨਾ ਬੋਲੇ। ਮੈਸਰਾ ਕਹਿੰਦਾ ਮੈਨੂੰ ਖਿਆਲ ਆਇਆ ਮੈਂ ਬੜਾ ਵੱਡਾ ਤਾਜਰ ਹੋ ਗਿਆ, ਮੈਂ ਡਬਲ ਕੀਮਤ ਤੇ ਮਾਲ ਵੇਚ ਹੀ ਜਾ ਰਿਹਾ ਤੇ ਲੋਕ ਖਰੀਦੀ ਜਾ ਰਹੇ ਨੇ। ਕਹਿੰਦਾ ਲੋਕ ਦੜਾ ਦੜ ਮਾਲ ਖਰੀਦੀ ਜਾ ਰਹੇ। ਆਹ ਉਹ ਵਜ੍ਹਾ ਸੀ ਕਿ ਅੰਮਾ ਖਦੀਜਾ ਦਾ ਜਿਹੜਾ ਪਹਿਲਾ ਮਾਲ ਤਜਾਰਤ ਹਜ਼ੂਰ ਲੈ ਕੇ ਗਈ, ਅੰਮਾ ਖਦੀਜਾ ਨੂੰ ਕਈ ਗੁਣਾ ਜ਼ਿਆਦਾ ਮੁਨਾਫਾ ਹੋਇਆ। ਉਹ ਕਿਉਂ ਹੋਇਆ?
ਮੈਂ ਸਿਰਫ ਕਹਿੰਦਾ ਦੁਪਹਿਰ ਤੱਕ ਤੇ ਮੈਂ ਮਾਲ ਵੇਚਦਾ ਰਿਹਾ ਡਬਲ ਕੀਮਤ ਤੇ, ਪਰ ਦੁਪਹਿਰ ਵੇਲੇ ਹਜ਼ੂਰ ਆਰਾਮ ਕਰਨ ਅੰਦਰ ਖੈਮੇ 'ਚ ਚਲੇ ਗਏ। ਹਜ਼ੂਰ ਕੀ ਗਏ? ਸਾਰੇ ਹੀ ਗਏ ਭਾਈ, ਸਾਰੇ ਹੀ ਗਏ। ਮੈਂ ਸਿਰਫ ਕਹਿੰਦਾ ਮੈਂ ਹੈਰਾਨ ਰਹਿ ਗਏ, ਲੋਕ ਕਿੱਧਰ ਗਏ, ਇਹਨਾਂ ਨੂੰ ਹੋਇਆ ਕੀ? ਕਹਿੰਦਾ ਮੈਂ ਸਾਰੀ ਗੱਲ ਦੁਕਾਨ ਤੇ ਬੈਠਾ, ਅਚਾਨਕ ਇੱਕ ਬਾਬਾ ਟਹਿਲਦਾ ਟਹਿਲਦਾ ਆਇਆ, ਆ ਕੇ ਕੋਈ ਚੀਜ਼ ਕੰਬਲ ਪਸੰਦ ਕੀਤਾ ਤੇ ਮੈਸਰਾ ਨੂੰ ਕਹਿੰਦੇ ਕੰਬਲ ਕਿੰਨੇ ਦੇ? ਮੈਸਰਾ ਕਹਿੰਦਾ ਸੁਬਹ ਦੀ ਆਦਤ ਵਿਗੜੀ ਤੇ ਮੈਂ ਡਬਲ ਕੀਮਤ ਦੱਸੀ ਨਾ, ਤੇ ਬਾਬੇ ਨੇ ਗੋਰੀ ਪਾ ਕੇ ਬੜੇ ਗੁੱਸੇ ਨਾਲ ਮੇਰੇ ਵੱਲ ਵੇਖਿਆ ਤੇ ਗੁੱਸੇ ਨਾਲ ਬੋਲ ਕੇ ਕਹਿੰਦਾ ਤੁਸੀਂ ਮੱਕੀ ਬੜੇ ਮਹਿੰਗੇ ਨਹੀਂ ਹੋ ਗਏ? ਮੈਸਰਾ ਕਹਿੰਦਾ ਮੈਨੂੰ ਖਿਆਲ ਆਇਆ ਸੁਬਹ ਦਾ ਤੇ ਬੋਲਿਆ ਕੋਈ ਨਹੀਂ, ਇਹ ਕਿਉਂ ਬੋਲਿਆ? ਬਾਬੇ ਦੀ ਤੇ ਮੈਸਰਾ ਦੀ ਗਰਮਾ ਗਰਮੀ ਹੋ ਗਈ, ਸਾਰੇ ਬਾਜ਼ਾਰ ਚ ਲੋਕ ਇਕੱਠੇ ਹੋ ਗਏ ਬਾਬਾ ਮੈਸਰਾ ਨੂੰ ਕਹਿ ਲੱਗਾ ਕਿ ਮੈਸਰਾ ਮੈਂ ਸੁਣਿਆ ਤੇਰੇ ਮੱਕੇ ਚ ਇੱਕ ਕਾਬਾ ਹੈ, ਉਸ ਕਾਬੇ ਦੇ ਅੰਦਰ ਤੁਸੀਂ 360 ਬੁੱਤ ਖੁਦਾ ਬਣਾ ਕੇ ਰੱਖੇ ਨੇ, ਚਾਰ ਵੱਡੇ ਬੁੱਤ ਨੇ, ਚਾਰ ਵੱਡੇ ਖੁਦਾ ਨੇ, ਤੁਹਾਡੇ ਲਾਤ ਮਨਾਤ ਹੁਬਲ ਉਜ਼ਾ, ਉਹ ਜਿਹੜਾ ਸਭ ਤੋਂ ਵੱਡਾ ਖੁਦਾ ਹੈ ਉਹਦਾ ਨਾਮ ਹੁਬਲ ਪਿੱਤਲ ਦਾ ਬੁੱਤ ਸੀ, ਬਹੁਤ ਬੜਾ ਕਾਬੇ ਦੇ ਦਰਵਾਜ਼ੇ ਚ ਨਸਬ ਕੀਤਾ, ਜਿਹਨੂੰ ਸਾਰੇ ਸਜਦਾ ਕਰਦੇ ਸਨ। ਕਹਿਣ ਲੱਗਾ ਹੁਬੂਲ ਦੀ ਕਸਮ ਉਠਾ ਕਿ ਕੰਬਲ ਇਤਨੇ ਦਾ ਹੈ ਤੇ ਮੈਂ ਇਤਨੇ ਦਾ ਖਰੀਦ ਲਵਾਂਗਾ। ਆ ਜਵਾਨੇ ਇਧਰ ਬਾਬੇ ਦੇ ਲੱਭਾਂ ਜੇ ਗੱਲ ਨਿਕਲੀ ਨਬੀ ਕਰੀਮ ਦੇ ਕੰਨਾਂ ਤੱਕ ਪਹੁੰਚ ਗਈ, ਮੇਰੇ ਆਖਾਂ ਖੇਮੇ ਚ ਬੜੇ ਜਲਾਲ ਨਾਲ ਬਾਰ ਫਰਮਾਇਆ ਬਾਬਾ ਸੌਦਾ ਖਰੀਦਣਾ 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 ਨਾ ਖਰੀਦ, ਅਸਾਂ ਕਦੇ ਝੂਠੇ ਰੱਬਾਂ ਦੀਆਂ ਕਸਮਾਂ ਨਹੀਂ ਚੁੱਕੀਆਂ। ਬਾਬੇ ਦੀ ਨਿਗਾਹ ਮੇਰੇ ਨਬੀ ਦੇ ਚਿਹਰੇ ਤੇ ਪੈ ਗਈ, ਉਹਦੀਆਂ ਅੱਖਾਂ 'ਚ ਅੱਥਰੂ ਆ ਗਏ, ਹੱਥ ਜੋੜ ਕੇ ਕਹਿਣ ਲੱਗਾ ਸੋਹਣਿਆ ਮੈਂ ਰਾਤ ਨਾ ਹੋ ਜਿਵੇਂ ਆਖੇਗਾ ਉਵੇਂ ਹੀ ਕਰ ਲਵਾਂਗੇ। ਮੈਂ ਸਿਰਫ ਕਹਿੰਦਾ ਮੈਂ ਵੇਖ ਕੇ ਹੈਰਾਨ ਰਹਿ ਗਿਆ, ਉਹ ਬਾਬਾ ਡਬਲ ਕੀਮਤ ਤੇ ਕੰਬਲ ਖਰੀਦ ਕੇ ਲੈ ਗਿਆ। ਮੈਨੂੰ ਫਿਰ ਸਮਝ ਆਈ ਇਹ ਮਾਲ ਨਹੀਂ ਪਿਆ ਵੇਖਦਾ, ਮੁਹੰਮਦ ਦਾ ਜਮਾਲ ਪਿਆ ਵੇਖਦਾ। ਲੋਕ ਸਮਾਨ ਨਹੀਂ ਪਏ ਖਰੀਦਦੇ, ਕਮਲੀ ਵਾਲੇ ਨੂੰ ਵੇਖਣ ਦੇ ਬਹਾਨੇ ਖਰੀਦੀ ਜਾਂਦੇ। ਜਦੋਂ ਹਜ਼ਰਤ ਯੂਸਫ ਦੀ ਮਿਸਰ ਚ ਮੰਡੀ ਚ ਬੋਲੀ ਲੱਗੀ ਨਾ, ਉਹ ਜਦੋਂ ਵੇਚਣ ਲੱਗਾ ਨਾ ਹਜ਼ਰਤ ਯੂਸਫ ਅਲੈਹਿ ਸਲਾਮ ਨੂੰ, ਜਿਹਦਾ ਨਾਮ ਸੀ ਮਾਲਿਕ ਇਬਨ ਜ਼ਗਰ, ਉਹ ਜਿਹਨੇ 32 ਖੋਟੇ ਸਿੱਕਿਆਂ ਤੇ ਖਰੀਦਿਆ ਸੀ ਯੂਸਫ ਨੂੰ, ਤੇ ਫਰਿਸ਼ਤੇ ਨੇ ਕੰਨ ਚਾ ਕੇ ਉਸ ਮਾਲਿਕ ਨੂੰ ਆਖਿਆ ਇੰਜ ਕਰ, ਲੋਕਾਂ ਨੂੰ ਕਹਿ ਜਿਹਨੇ ਯੂਸਫ ਦਾ ਦੀਦਾਰ ਕਰਨਾ ਹੈ ਇੱਕ ਇੱਕ ਦਿਨਾਰ ਦਿਓ ਤੇ ਦੀਦ ਕਰੋ। ਲੋਕ ਇੱਕ ਇੱਕ ਦਿਨਾਰ ਦੇ ਕੇ ਦੀਦ ਕਰਦੇ ਰਹੇ, ਪਹਿਲੇ ਦਿਨ 1,00,000 ਦਿਨਾਰ ਜਮ੍ਹਾਂ ਹੋਇਆ। ਅਗਲੇ ਦਿਨ ਫਰਿਸ਼ਤੇ ਨੇ ਆਖਿਆ ਕੀਮਤ ਡਬਲ ਕਰ ਦੇ, ਉਹਨੇ 2 ਦਿਨਾਰ ਕੀਮਤ ਰੱਖੀ। ਮੁਫਸਰੀਨ ਫਰਮਾਉਂਦੇ ਨੇ ਅਗਲੇ ਦਿਨ 6,00,000 ਦਿਨਾਰ ਇਕੱਠਾ ਹੋਇਆ, ਯਾਨੀ 3,00,000 ਲੋਕ ਹਜ਼ਰਤ ਯੂਸਫ ਦੀ ਦੀਦ ਕਰਨ ਵਾਸਤੇ ਆਏ। ਮੈਨੂੰ ਸੱਚੀ ਦੱਸ, ਯੂਸਫ ਬਾਜ਼ਾਰ 'ਚ ਖਲੋਵੇ ਤੇ 3,00,000 ਲੋਕ ਵੇਖਣ ਆਉਂਦੇ ਨੇ, ਤੇ ਜਿੱਥੇ ਕਮਲੀ ਵਾਲਾ ਹੀ ਖਲੋ ਜਾਵੇ, ਉਹ ਜਿੱਥੇ ਖਲੋ ਹੀ ਕਮਲੀ ਵਾਲਾ ਜਾਵੇ। ਹਾਏ ਹਾਏ, ਮਾਲ ਵਿਕ ਗਿਆ, ਦੁਕਾਨ ਫਾਰਗ ਹੋ ਗਈ। ਮੈਸਰਾ ਨੇ ਮੱਕੇ ਪੈਗਾਮ ਭੇਜਿਆ ਜੀ ਅਸੀਂ ਆ ਰਹੇ ਹਾਂ, ਹੁਣ ਅਮਖ ਦੀ ਜਤਲ ਕੁਬਰਾ ਆਓ, ਮਹਾਲ ਦੀ ਉੱਪਰ ਵਾਲੀ ਛੱਤ ਰੋਜ਼ ਆ ਜਾਂਦੀਆਂ ਨੇ ਤੇ ਉਸ ਰਸਤੇ ਵੱਲ ਵੇਖਦੀਆਂ ਜਿਹੜਾ ਮੁਲਕੇ ਸ਼ਾਮ ਤੋਂ ਮੱਕੇ ਵੱਲ ਆਉਂਦਾ, ਹਜ਼ੂਰ ਦੀਆਂ ਰਾਵਾਂ ਉਡੀਕਦੀਆਂ। ਇਜਾਜ਼ਤ ਹੋਵੇ ਤੁਸੀਂ ਉਡੀਕ ਦਾ ਰੰਗ ਪੇਸ਼ ਕਰਾਂ, ਮੇਰੇ ਨਾਲ ਰਲ ਕੇ ਪੜੋਗੇ ਉਹ ਬੰਦਾ ਹੱਥ ਖੜਾ ਕਰੇ ਜਿਹਨੇ ਪੜ੍ਹਨਾ, ਜਿਹਨੇ ਨਹੀਂ ਪੜ੍ਹਨਾ ਬੇਸ਼ੱਕ ਨਾ ਖੜਾ ਕਰੇ। ਇੱਥੇ ਇੱਥੇ ਰੱਖਿਓ, ਮੈਂ ਵੇਖਣਾ ਕਿੰਨੇ ਨਹੀਂ ਪੜ੍ਹਨਾ ਬੜਾ। ਜਿਹੜਾ ਕਮਲੀ ਵਾਲੇ ਦਾ ਖਾਂਦਾ ਉਹ ਤੇ ਹਜ਼ੂਰ ਦੇ ਸਦਕੇ ਤੇ ਪਲਮਲ ਚੁੱਕੇ ਨਾ, ਹੱਥ ਇੱਥੇ ਹੀ ਹੱਥ ਰੱਖੇ। ਹੁਣ ਸਾਰੇ ਮਿਲ ਕੇ ਪੜੀਆ ਮਖ ਦੀ ਜਾ ਫਰਮਾ ਦੀ ਹੈ, ਯਾਦ ਤੇਰੀ ਦਾ ਮਦੀ ਬਾਬਾ ਲਿਆ ਇਹ
ਖਦੀਜਾ ਨੇ ਮੈਸਰਾਂ ਨੂੰ ਪਕੜਿਆ ਤੇ ਕਮਰੇ ਚ ਲੈ ਗਈਆਂ ਤੇ ਫਰਮਾਦੀਆਂ ਵੇ ਮੈਸਰਾ ਵੇ ਜਲਦੀ ਜਲਦੀ ਸੁਣਾ ਵੇ ਕੀ ਵੇਖ ਕੇ ਆਇਆ ਮੈਸਰਾ ਕਹਿਣ ਲੱਗਾ ਖਦੀਜਾ ਤੈਨੂੰ ਕੀ ਦੱਸਾਂ ਮੈਂ ਸੁਣਾ ਕੇ ਜਾਵਾਂ ਸਭ ਕੁਝ ਖਤੀਬ ਵਾਸਤੇ ਕੋਈ ਮੁਸ਼ਕਲ ਨਹੀਂ ਹੁੰਦਾ ਅਲਹਮਦੁਲਿਲਾ ਲਓ ਜੀ ਇਹ ਕਹਿੰਦੇ ਨੇ ਪਹਿਲੇ ਉਹ ਸੁਣਾ ਦਿਓ ਫਿਰ ਅਗਲੀ ਗੱਲ ਸੁਣਾ ਦੇਵਾਂ ਸਦਕੇ ਜਾਵਾਂ ਤੁਹਾਡੀ ਢਿੱਲੀ ਜੀ ਸੁਭਾਨ ਕਈ ਬੇਲੀ ਘਰੋਂ ਹੀ ਸਲਾਹ ਕਰਕੇ ਆਉਂਦੇ ਨੇ ਮੌਲਵੀ ਢਿੱਲ ਲਾ ਲੇ ਮੈਂ ਨਹੀਂ ਬੋਲਣਾ ਉਹ ਜਿਹੜੇ ਸਲਾਹ ਕਰਕੇ ਆਉਂਦੇ ਨੇ ਉਹ ਸਾਡੇ ਕੋਲੋਂ ਨਹੀਂ ਬੁਲਾਏ ਜਾਂਦੇ ਬਾਕੀ ਬੋਲੋ ਸਾਰੇ ਸੁਭਾਨ ਅੱਲਾਹ ਜਿਹੜਾ ਜਿਹਨੇ ਹੱਥ ਨਹੀਂ ਨਾ ਅਜੇ ਵੀ ਚੁੱਕਿਆ ਨਾਲ ਦਾ ਬੇਲੀ ਉਹਦਾ ਹੱਥ ਚੁੱਕ ਕੇ ਜਗਾ ਕੇ ਉਹਨੂੰ ਬੋਲੋ ਸੁਭਾਨ ਅੱਲਾਹ ਇਜਾਜ਼ਤ ਦੇਵੋ ਤੇ ਪੀਰੇ ਬਾਹੂ ਦੇ ਦਰਬਾਰ ਦਾ ਚੱਕਰ ਲਗਵਾ ਕੇ ਲਿਆਵਾਂ ਚਲੀਏ ਬਾਬਾ ਜੀ ਵਾਹ ਆਖਿਆ ਇਹਦਾ ਮਤਲਬ ਇਹਨਾਂ ਦਾ ਵੀ ਦਿਲ ਪਿਆ ਕਰਦਾ ਸੀ ਕਿ ਚੱਕਰ ਲੱਗ ਜੇ ਵੱਡੇ ਬਾਬੇ ਦੀ ਬਾਰਗਾਹ ਚ ਆਓ ਫਿਰ ਚਲੀਏ ਆ ਵੀ ਰਿਜਾਲ ਫਰਮਾਦੇ ਨੇ ਚੜੂਏ ਚੰਨਾ ਵਾਹ
ਅੱਲਾ ਹੋ 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 ਜਿਹਦੇ ਪਿੱਛੇ ਮੈਂ ਜਨਮ ਗਵਾਇਆ ਬਾਹੂ ਉਹ ਯਾਰ ਮਿਲੇ ਇੱਕ ਫੇਰਾ ਹੂ ਚੜ੍ਹਵੇ ਚੰਨਾ ਵੇ ਕਰ ਰੁਸ਼ਨਾਈ ਤਾਰੇ ਜ਼ਿਕਰ ਕਰੇ ਦੇ ਤੇਰਾ ਆਲਾ ਹਜ਼ਰਤ ਫਰਮਾਦੇ ਨੇ ਕਿਹਾ ਉਹ ਖਬਰ ਕਿਤਨੇ ਤਾਰੇ ਖਿਲੇ ਛੁਪ ਗਏ ਪਰ ਨਾ ਡੂਬੇ ਨਾ ਡੂਬਾ ਹਮਾਰਾ ਨਬੀ ਸਾਰੇ ਨਬੀ ਤਾਰੇ ਬਣ ਕੇ ਆਏ ਕਹਿੰਦੇ ਰੇ ਚੰਨ ਚੜ੍ਹਨ ਵਾਲਾ ਚੜ੍ਹਵੇ ਚੰਨਾ ਵੇ ਕਰ ਰੁਸ਼ਨਾਈ ਤਾਰੇ ਜ਼ਿਕਰ ਕਰੇ ਦੇ ਤੇਰਾ ਸਾਰੇ ਨਬੀ ਤਾਰੇ ਬਣ ਕੇ ਮੁਹੰਮਦ ਦੇ ਆਮਦ ਦੀਆਂ ਖਬਰਾਂ ਦਿੰਦੇ ਗਏ ਮੈਂ ਸੁਣਾ ਕਹਿਣ ਲੱਗਾ ਖਦੀਜਾ ਤੈਨੂੰ ਕੀ ਦੱਸਾਂ ਮੁਹੰਮਦ ਦਾ ਸਾਇਆ ਕੋਈ ਨਹੀਂ ਫਰਮਾਦੀਆਂ ਹੋਰ ਸੁਣਾ ਕਹਿਣ ਲੱਗਾ ਊਂਟ ਸਹੀ ਹੋ ਗਏ ਫਰਮਾਇਆ ਹੋਰ ਸੁਣਾ ਕਹਿਣ ਲੱਗਾ ਪਾਦਰੀ ਕਹਿਣ ਲੱਗਾ ਆਖਰੀ ਨਬੀ ਫਰਮਾਦੀਆਂ ਹੋਰ ਸੁਣਾ ਕਹਿਣ ਲੱਗਾ ਉਹ ਬਾਬਾ ਕੰਬਲ ਡਬਲ ਕੀਮਤ 'ਤੇ ਖਰੀਦ ਕੇ ਲੈ ਗਿਆ ਫਰਮਾਇਆ ਹੋਰ ਸੁਣਾ ਕਹਿਣ ਲੱਗਾ ਤੇਰਾ ਮਾਲ ਨਹੀਂ ਉਹ ਵਿਕਿਆ ਮੁਹੰਮਦ ਦਾ ਜਮਾਲ ਵਿਕੇ ਫਰਮਾਦੀਆਂ ਵੇ ਹੋਰ ਸੁਣਾ ਅਤੇ ਨਾਲੇ ਕਹਿੰਦੀਆਂ ਚੰਗੀਆਂ ਚੰਗੀਆਂ ਹੀ ਸੁਣਾਈ ਜਾਂਦਾ ਹੈ ਵੇ ਕੋਈ ਉਂਝ ਦੀ ਵੀ ਸੁਣਾ ਕੋਈ ਉਂਝਦੀ ਵੀ ਸੁਣਾ ਤੇ ਮੈਂ ਸਰਾ ਕਹਿਣ ਲੱਗਾ ਕਿ ਤੂੰ ਸੁਣਾਵਾ ਰੁਤਬਾ ਕਰਾਂ ਬਿਆਨ ਕੀ ਉਸ ਬੇਮਿਸਾਲ ਦਾ ਖਦੀਜਾ ਨੇ ਉਸ ਵੇਲੇ ਨਫੀਸਾ ਨੂੰ ਬੁਲਾਇਆ ਤੇ ਆਖਿਆ ਮੁਹੰਮਦ ਦੇ ਘਰ ਮੇਰਾ ਰਿਸ਼ਤਾ ਲੈ ਕੇ ਜਾ ਰਿਸ਼ਤਾ ਆ ਗਿਆ ਮੱਕੇ ਦੀ ਮਲਕਾ ਦਾ ਹਾਏ ਹਾਏ ਚਾਚੇ ਤਾਇਆਂ ਨੂੰ ਫਿਕਰ ਸੀ ਮੁਹੰਮਦ ਕਾਰੋਬਾਰ ਕਿਵੇਂ ਕਰਨਗੇ ਮਾਂ ਬਾਪ ਸਿਰ ਤੇ ਕੋਈ ਨਹੀਂ ਦਾਦਾ ਦਾਦੀ ਸਿਰ ਤੇ ਕੋਈ ਨਹੀਂ ਨਿਕਾਹ ਕਿੱਥੇ ਕਰਨਗੇ ਰਿਸ਼ਤਾ ਕਿੱਥੇ ਹੋਵੇਗਾ ਉੱਤੋਂ ਆਵਾਜ਼ ਆਈ ਕਮਲੀ ਵਾਲਿਆ ਤੂੰ ਮੇਰੇ ਬੂਹੇ ਬੈਠਾ ਰਹਿ ਜੇ ਦੁਨੀਆਂ ਦੀ ਮਲਕਾ ਟੁਰ ਕੇ ਤੇਰੇ ਬੂਹੇ ਨਾ ਆਵੇ ਤਾਂ ਮੈਨੂੰ ਮੁਹੰਮਦ ਰੱਬ ਕੌਣ ਆ ਕੇ ਰਿਸ਼ਤਾ ਅੰਮਾ ਖਦੀਜਾ ਤੁਲ ਕੁਬਰਾ ਦਾ ਆ ਗਿਆ ਤੇ ਰਿਸ਼ਤਾ ਕਬੂਲ ਹੋ ਗਿਆ ਤੇ ਮੇਰੇ ਨਬੀ ਬਣ ਗਏ ਦੁਲਹਾ ਤੇ ਅੰਮਾ ਖਦੀਜਾ ਬਣ ਗਈ ਦੁਲਹਨ ਸੁਣਾਵਾਂ ਨਬੀ ਪਾਕ ਦੀ ਬਰਾ ਸੁਣਾਵਾਂ ਜਾਂ ਸੁਭਾਨ ਅੱਲਾ ਸਾਰੇ ਭਾਈ ਜਿਹਨੂੰ ਖੁਸ਼ੀ ਹੈ ਉਹ ਬੋਲੋ ਸੁਭਾਨ ਅੱਲਾ ਓਏ ਚੌਧਰੀ ਤੇ ਵੱਡੇ ਘਰ ਦੀ ਸ਼ਾਦੀ ਹੋਵੇ ਤੇ ਕੰਮੀ ਲਾਗ ਲੈਣ ਆਉਂਦੇ ਨੇ ਜਿਹੜਾ ਕਮਲੀ ਵਾਲੇ ਦੀ ਸ਼ਾਦੀ ਤੇ ਲਾਗ ਲੈਣ ਆਇਆ ਉੱਚਾ ਬਣ ਕੇ ਬੋਲੋ ਸੁਭਾਨ ਅੱਲਾ ਨੌਜਵਾਨਾ ਕਮਲੀ ਵਾਲੇ ਦੁਲਾ ਬਣ ਗਏ ਅਮਾ ਖਦੀਜਾ ਦੁਲਹਨ ਬਣ ਗਈਆਂ ਮੇਰੇ ਆਖਾ ਦੀ ਬਰਾਤ ਮੱਕੇ ਦੀ ਗਲੀ ਜੀ ਰਾ ਰਹੀ ਮੱਕੇ ਦੇ ਉਮਰਾ ਬਰਾਤੀ ਨਾ ਦੁਆ ਸਾ ਬਰਾਤੀ ਨਹੀਂ ਉਰੇ ਤੇ ਸਰਦਾਰ ਬਰਾਤੀ ਨਹੀਂ ਅਮਾ ਖਦੀਜਾ ਦੁਲਹਨ ਬਰਾਤ ਦੁਲਹਨ ਬਣ ਗਈਆਂ ਇਧਰ ਮੇਰੇ ਨਬੀ ਦੀਆਂ ਗੁੱਫੀਆਂ ਬਰਾਤੀ ਨਹੀਂ ਚਾਚੇ ਬਰਾਤੀ ਨਹੀਂ ਤਾਏ ਬਰਾਤੀ ਨਹੀਂ ਚਾ ਚੰਦੂ ਕਿਸੇ ਦੀ ਬਰਾਤ ਜਾਵੇ ਤੇ ਨੌਜਵਾਨ ਦੁਲਾ ਬਣ ਜਾਏ ਸਾਰੇ ਰਿਸ਼ਤੇਦਾਰਾਂ ਨੂੰ ਬੜੇ ਚਾਅ ਚੜਦੇ ਨੇ ਪਰ ਸਾਰਿਆਂ ਦੇ ਕੋਲ ਬੱਚਾ ਆ ਆਉਂਦਾ ਜਿਹੜਾ ਦਿਲੇ ਦਾ ਬਚਪਨ ਦਾ ਯਾਰ ਆਵੇ ਨੌਜਵਾਨਾਂ ਕਿਆ ਸਾਡੇ ਲਾਇਆ ਬੇਗਾ ਬਰਾਤ ਮੁਹੰਮਦ ਦੀ ਜਾਂਦੀ ਹੋਵੇਗੀ ਨਬੀ ਕਰੀਮ ਦੀ ਬਰਾਤ ਜਾਂਦੀ ਹੋਵੇਗੀ ਚਾਅ ਸਾਰਿਆਂ ਨੂੰ ਬੜੇ ਆਉਣਗੇ ਪਰ ਜਿਹਨੂੰ ਸਭ ਤੋਂ ਬਹੁਤੇ ਜਾਣ ਉਹ ਮੁਹੰਮਦ ਦਾ ਬਚਪਨ ਦਾ ਯਾਰ ਆਪੋ ਬਕਰ ਸੀ ਜਿਹਨੂੰ ਸਭ
ਸਭ ਤੋਂ ਬਹੁਤੇ ਚਾਹ ਚੜੇ ਹੋਣਗੇ ਉਹ ਕਮਲੀ ਵਾਲੇ ਦਾ ਯਾਰ ਅਬੂ ਬਕਰ ਸਿੱਦੀਕ। ਬਸ ਫਿਰ ਬਰਾਤ ਆ ਗਈ, ਨਿਕਾਹ ਪੜਿਆ ਗਿਆ। ਜਿੰਨੀ ਮਰਜ਼ੀ ਬਰਾਤ ਹੋਵੇ, 200 ਬੰਦਾ, 400 ਬੰਦਾ, 500, 600, 700, 1000 ਹੋਵੇ, ਪੂਰੀ ਬਰਾਤ ਦੇ ਨਖਰੇ ਪਤਾ ਕਿਹਦੇ ਪਿੱਛੇ ਵੇਖੀ ਦੇ ਨੇ? ਇੱਕ ਦੂਲੇ ਪਿੱਛੇ, ਇੱਕ ਲਾੜੇ ਪਿੱਛੇ, ਸਾਰੀ ਬਰਾਤ ਦੇ ਦੂਲੇ ਦੇ ਨਖਰੇ ਵੇਖੀ ਦੇ ਨੇ, ਇੱਕ ਲਾੜੇ ਪਿੱਛੇ। ਚਾਹ ਚੰਦੂ ਵਾਲੇ ਮੇਰੀ ਗੱਲ ਸਮਝਿਓ, ਇੱਕ ਲਾੜੇ ਪਿੱਛੇ ਪੂਰੀ ਬਰਾਤ ਦੇ ਨਖਰੇ ਵੇਖੀ ਜਾ ਰਹੇ ਨੇ, ਇੱਕ ਲਾੜੇ ਪਿੱਛੇ। ਉਹ ਜਿਹੜਾ ਸ਼ਬੇ ਅਸਰਾ ਕੇ ਦੂਲਾ ਪੇ ਦਾਇਮ ਦਰੂਦ, ਨੌਸ਼ਾਏ ਬਜ਼ਮੇ ਜੰਨਤ ਪੇ ਲੱਖੋਂ ਸਲਾਮ। ਲਓ ਲਓ, ਹੁਣ ਆਖਰੀ ਵਸੀਅਤਾਂ ਸੁਣਾਵਾਂ ਸੈਯਦ ਜ਼ਹਰਾ ਪਾਕ ਦੀਆਂ। ਜੇ ਆਖੋ ਸੁਭਾਨ ਅੱਲਾਹ, ਆਖਿਰ ਤੇ ਸੈਯਦ ਕਾਇਨਾਤ ਦੀਆਂ ਵਸੀਅਤਾਂ ਕੌਣ ਐਂਦੇ ਬਾਲੀ ਨੇ ਜਦੋਂ ਪਰਦਾ ਫਰਮਾ ਦੁਨੀਆਂ ਤੋਂ ਤੇ ਦੁਨੀਆਂ ਹੀ ਉਜੜ ਗਈ। ਨਬੀ ਪਾਕ ਦੇ ਜਿਹੜੇ ਸਹਾਬਾ ਖੜੇ ਸਨ ਉਹ ਬੈਠ ਨਾ ਸਕੇ, ਤੇ ਜਿਹੜੇ ਬੈਠੇ ਸਨ ਉੱਠ ਨਾ ਸਕੇ। ਸਰਕਾਰ ਦੇ ਵਿਸਾਲੇ ਪਾਕ ਤੋਂ ਬਾਅਦ ਦੁਨੀਆਂ ਦੀ ਹਾਲਤ ਹੋ ਗਈ ਕਿ ਹਜ਼ਰਤ ਬਿਲਾਲ ਹਬਸ਼ੀ ਰੋਂਦੇ ਮਦੀਨੇ ਦੀ ਗਲੀਆਂ 'ਚ ਫਿਰਦੇ, ਤੇ ਨਿੱਕੇ ਨਿੱਕੇ ਬੱਚਿਆਂ ਨੂੰ ਸੀਨੇ ਲਾ ਕੇ ਫਰਮਾਉਂਦੇ ਨੇ ਕਿਧਰੇ ਮੇਰਾ ਮਾਹੀ ਵੇਖੇ ਅਜੇ। ਬੱਚੇ ਰੋਂਦੇ ਨੇ ਤੇ ਬਿਲਾਲ ਹਬਸ਼ੀ ਰੋ ਕੇ ਫਰਮਾਉਂਦੇ ਨੇ ਜੇ ਕਿਸੇ ਨੂੰ ਹਜ਼ੂਰ ਨਜ਼ਰੀ ਆਏ ਤੇ ਮੈਨੂੰ ਵੀ ਵਿਖਾਇਆ ਜੇ। ਹਜ਼ਰਤ ਸਿੱਦੀਕ ਅਕਬਰ ਦੀ ਹਾਲਤ ਹੋ ਗਈ, ਸਾਰਾ ਦਿਨ ਮਦੀਨੇ ਦੇ ਬਾਹਰ ਖੜੇ ਰਹਿੰਦੇ ਨੇ, ਸ਼ਾਮ ਨੂੰ ਘਰ ਆ ਕੇ ਰੋਂਦੇ ਨੇ, ਘਰ ਵਾਲੇ ਪੁੱਛਦੇ ਦਿਨ ਕਿੱਥੇ ਗੁਜ਼ਾਰਿਆ, ਤੇ ਰੋ ਕੇ ਫਰਮਾਉਂਦੇ ਨੇ ਮਦੀਨੇ ਦੇ ਬਾਹਰ ਜਾ ਕੇ ਰਸਤੇ ਵੇਖਦੇ ਰਿਹਾ, ਹੋਰੇ ਕਿਸੇ ਰਾਹ 'ਚ ਮੇਰਾ ਮਾਹੀ ਵਾਪਸ ਆ ਜਾਵੇ। ਨਬੀ ਪਾਕ ਦਾ ਜਿਹੜਾ ਗਧਾ ਜਾਂ ਫੂਰ ਜਿਹਦੇ 'ਤੇ ਹਜ਼ੂਰ ਸਵਾਰੀ ਫਰਮਾਉਂਦੇ ਨੇ, ਉਹ ਵੀ ਤੇ ਹਜ਼ੂਰ ਦੀ ਊਂਠਨੀ 3 ਦਿਨ ਨਬੀ ਪਾਕ ਦੀ ਹਿਜਰ ਚਲਾਉਂਦੇ ਰਹੇ। ਕਿਸੇ ਨੇ ਖੂਹ 'ਚ ਛਾਲ ਮਾਰ ਕੇ ਜਾਨ ਕੁਰਬਾਨ ਕਰ ਦਿੱਤੀ, ਤੇ ਕਿਸੇ ਦੀਵਾਰਾਂ ਨੂੰ ਟੱਕਰਾਂ ਮਾਰ ਕੇ ਜਾਨ ਕੁਰਬਾਨ ਕਰ ਦਿੱਤੀ। ਮੈਨੂੰ ਸੱਚੀ ਦੱਸੋ, ਜੇ ਨਬੀ ਪਾਕ ਦੇ ਵਿਸਾਲ ਤੇ ਹਿਜਰੇ 'ਚ ਗੁਲਾਮਾਂ ਤੇ ਜਾਨਵਰਾਂ ਦਾ ਆਹ ਹਾਲ ਹੋਇਆ, ਨਬੀ ਦੀ ਧੀ ਦਾ ਕੀ ਹਾਲ ਹੋਇਆ ਹੋਵੇਗਾ? ਸੈਯਦ ਜ਼ਹਰਾ ਪਾਕ ਨਬੀ ਪਾਕ ਤੋਂ ਬਾਅਦ 6 ਮਹੀਨੇ ਜ਼ਿੰਦਾ ਰਹੀਆਂ। 6 ਮਹੀਨੇ ਨਾ ਕੁਝ ਖਾਂਦਾ ਤੇ ਨਾ ਪੀਤਾ, ਤੇ ਦਿਨ ਵੀ ਰੋਣਾ ਤੇ ਰਾਤ ਵੀ ਰੋਣਾ, ਤੇ ਸ਼ਦੀਦ ਬਿਮਾਰ ਹੋ ਗਈ। ਅੱਧੀ ਰਾਤ ਵੇਲੇ ਨਬੀ ਪਾਕ ਦੀ ਖਬਰ ਤੇ ਆ ਕੇ ਲੇਟ ਜਾਂਦੀਆਂ ਤੇ ਰੋ ਕੇ ਕਹਿੰਦੀਆਂ, ਬਾਬਾ ਜੇ ਤੁਹਾਡੇ ਬਾਅਦ ਮੇਰੀ ਜ਼ਿੰਦਗੀ ਲੰਬੀ ਹੋ ਗਈ ਤੇ ਮੈਂ ਕਿਵੇਂ ਜੀਵਾਂਗੀ? ਮਦੀਨੇ ਦੀਆਂ ਔਰਤਾਂ ਆ ਕੇ ਕਹਿੰਦੀਆਂ, ਸੈਯਦਾ ਯੋ ਸੁਬਾ ਰੋ ਲਿਆ ਕਰੋ ਤੇ ਜਾਂ ਰਾਤ ਰੋ ਲਿਆ ਕਰੋ, ਤੁਹਾਡੇ ਰੋਵਣ ਨਾਲ ਸਾਡੇ ਕਲੇਜੇ ਫਟ ਜਾਣੇ ਨੇ। ਰੋਕੇ ਫਰਮਾਦੀਆਂ, ਲੋਕੋ ਜਿਹੜਾ ਗਮ ਮੈਨੂੰ ਲੱਗ ਗਿਆ ਉਹ ਗਮ ਦਿਨ ਨੂੰ ਲੱਗ ਜਾਵੇ ਤੇ ਦਿਨ ਵੀ ਰਾਤ ਬਣ ਜਾਵੇ। ਔਰਤਾਂ ਕਹਿੰਦੀਆਂ, ਸੈਯਦਾ ਕਦੇ ਤੇ ਆਰਾਮ ਕਰ ਲਿਆ ਕਰੋ। ਰੋਕੇ ਫਰਮਾਦੀਆਂ, ਆਰਾਮ ਕਿੱਥੋਂ ਲੈ ਕੇ ਆਵਾਂ? ਜਿਨ੍ਹਾਂ ਨੂੰ ਵੇਖ ਕੇ ਆਰਾਮ ਮਿਲਦਾ ਸੀ ਉਹ ਮਹਿਬੂਬ ਹੀ ਤੁਰ ਗਏ ਨੇ, ਮਾਹੀ ਤੁਰ ਗਏ ਨੇ। ਆਰਬੇ ਗੜੀ ਰਹਿਮਤੁਲਾਹ ਅਲੈਹ ਫਰਮਾਉਂਦੇ ਨੇ, ਤੁਰ ਗਏ ਨੇ ਦਿਲਦਾਰ ਦਿਲਾਂ ਦੇ ਬਦਨੋਂ ਛੁਛੇ ਮੁਸਾਰਾ ਉਜੜੀ ਬਸਤੀ ਨਗਰੀ ਆਵੇ ਕੰਧ ਦਿੱਤੀ ਰਾਤ ਵੀ ਰੋਂਦੀਆਂ ਰਮਦਾਨ ਸ਼ਰੀਫ ਦਾ ਮਹੀਨਾ ਆ ਗਿਆ, ਨੌ ਜਵਾਨ ਤਿੰਨ ਰਮਦਾਨ ਦਾ ਵਿਆਲਾ ਆਇਆ, ਮੌਲਾ ਦੀ ਫਰਮਾ ਦੇ ਨੇ ਮੈਂ ਪਰੋਂ ਖੜੇ ਆਇਆ, ਦੇਖਿਆ ਜੋ 6 ਮਹੀਨੇ ਦੇ ਬਾਅਦ ਸੱਜਾ ਦਾ ਦਾਦਾ ਪਾਕ ਆਪਣੇ ਵੇੜੇ ਦੀ ਸਫਾਈ ਪਈਆਂ ਆਪ ਕਰਦੀਆਂ ਨੇ, ਬੱਚਿਆਂ ਨੂੰ ਗੁਸਲ ਪਈਆਂ ਆਪ ਕਰਾਉਂਦੀਆਂ ਨੇ,
ਬਣਾ ਬਣਾ ਕੇ ਬਚਨ ਆ ਰਹੀਆਂ ਤੁਹਾਡਾ ਵੀ ਫਰਮਾਨ ਲੱਗੇ ਦਾਦਾ ਅੱਜ ਮੈਂ ਬਲਾ ਦੀ ਤੁਹਾਡੀ ਗੱਡੀ ਸਬਲ ਗਈ ਹੈ ਮੌਲਾ ਦੀ ਦਾਦਾ ਮਨ ਬਦਲ ਕੇ ਕਮਰੇ ਚ ਲੈ ਗਈਆਂ ਫਰਮਾਨ ਲੱਗੀਆਂ ਮੌਲਾ ਲੀ ਫਰਮਾਨ ਲੱਗੀਆਂ ਮੌਲਾ ਲੀ ਅੱਗੇ ਅੱਗੇ ਮੇਰਾ ਹਸਨ ਰਵੇ ਨਾ ਮੇਰਾ ਹੁਸੈਨ ਰਵੇ
ਮੇਰੀ ਜ਼ੈਨਬ ਰੋਵੇ ਨਾ ਮੇਰੀ ਖੁਸ਼ਾਮ ਨਾਲ ਪਿਆਰ ਕਰਿਆ ਜੇ ਮੇਰੇ ਬੱਚੇ ਦੀ ਵਾਰ ਲਗੀ ਰਹੇ ਮੇਰੀ ਕਬਰ ਰੂਹ ਤੜਪ ਜਾਏਗੀ ਫਰਮਾਨ ਲਗੀਆਂ ਕੱਲ ਤੁਸਾਂ ਮੇਰੇ ਕਸਾਂ ਦਾ ਤੇ ਲੱਗ ਜਾਣਾ ਏ ਪਤਾ ਨਹੀਂ ਕੋਈ ਮੇਰੇ ਬੱਚਿਆਂ ਨੂੰ ਖਾਣਾ ਖਿਲਾਵੇ ਕਿ ਨਾ ਖਿਲਾਵੇ ਮੈਂ ਜਾਂਦੀ ਵਾਲੀ ਖਾਣਾ ਖਿਲਾ ਚੱਲੀ ਆ ਬੇੜਾ ਸਾਫ ਕਰ ਚੱਲੀ ਕਰਬਲਾ ਦੀ ਧੂੜ ਨਦੀਆਂ ਜ਼ੁਲਫਾਂ ਚ ਪੈਣੀ ਮੈਂ ਜਾਂਦੀ ਵਾਲੀ ਗੁਸਲ ਸਲਾ ਕੇ ਜ਼ੁਲਫ ਸਵਾਰ ਚੱਲੀਆਂ ਔਲਾ ਵੀ ਹੋ ਕੇ ਫਰਮਾਨ ਲੱਗਦਾ ਰਾਂ ਤੇਰੀ ਨਹੀਂ ਮੇਰੀ ਵੀ ਔਲਾਦੇ ਮਾਂ ਜ਼ਿੰਦਗੀ ਗੁਜ਼ਾਰੀ ਤੁਰ ਚੱਲੀ ਮੈਨੂੰ ਭੁੱਲ ਨਾ ਜਾਇਆ ਜੇ ਆਪਣੀ ਦਾਦਾ ਨੂੰ ਯਾਦ ਰੱਖਿਆ ਜੇ ਤੇਰੀ ਕਬਰ ਤੇ ਆਉਂਦੇ ਜਾਂਦੇ ਮਿਲਤ ਦੇ ਨੌਜਵਾਨੋ ਆਖਿਰ ਤੇ ਮੈਂ ਦੁਆ ਗੋ ਹਾਂ ਅੱਲਾ ਹਾਜ ਸਾਹਿਬ ਕਿਬਲਾ ਨੂੰ